ਅੱਜ ਅਸੀਂ ਉਸ ਗੁਰਸਿੱਖ ਵੀਰ ਦੇ ਨਾਲ ਤੁਹਾਨੂੰ ਮੁਲਾਕਾਤ ਕਰਾਵਾਂਗੇ। ਕੈਨੇਡਾ ਦੇ ਪ੍ਰਧਾਨ ਮੰਤਰੀ ਦੇ ਨਾਲ ਮੁਲਾਕਾਤ ਹੁੰਦੀ ਹੈ। ਮੁਲਾਕਾਤ ਵੀ ਇਸ ਤਰੀਕੇ ਦਾ ਹੁੰਦੀ ਹੈ ਕਿ ਉਹਨਾਂ ਨੂੰ ਕਿਹਾ ਜਾਂਦਾ ਵੀ ਤੁਹਾਨੂੰ ਸਿੱਧਾ ਜਿਹੜੀ ਆ ਉਹ PR ਦਿੰਦੇ ਆ। ਸ਼ੁਰੂਆਤ ਜਿਹੜੀ ਹੈ ਪੇਪਰ ਆਰਟਿਸਟ ਤੋਂ ਕਿਵੇਂ ਹੁੰਦੀ ਹੈ, ਇਸ ਲਾਈਨ ਦੇ ਵਿੱਚ ਕਿਵੇਂ ਆਏ? 24 ਸਾਲ ਪਹਿਲਾਂ ਇਸ ਕਲਾ ਦੇ ਨਾਲ ਜੁੜਨਾ ਹੋਇਆ ਜਦੋਂ ਮੈਂ ਰਾਜਸਥਾਨ ਦੇ ਵਿੱਚ ਆਪਣੇ ਇੱਕ ਕੱਚੇ ਘਰ ਦਾ ਮੈਂ ਮਾਡਲ ਬਣਾਇਆ। ਹੂਬਹੂ ਜਿਸ ਤਰ੍ਹਾਂ ਆਪਾਂ ਦਸਤਾਰ ਸਜਾਈ ਹੈ ਇਸੇ ਤਰ੍ਹਾਂ ਹੀ ਇਹ ਕੂਣੀ ਕਰਕੇ ਉਸ ਤਰ੍ਹਾਂ ਹੀ 1 ਇੰਚ ਦੀ ਬਣਾਈ ਸੀ, ਜਿਹਨੂੰ ਕਿ ਟੋਪ 120 ਟੈਲੈਂਟ ਆਫ ਇੰਡੀਆ ਦਾ ਅਵਾਰਡ ਇੰਡੀਆ ਬੁੱਕ ਵੱਲੋਂ ਮਿਲਿਆ ਸੀ। ਸੰਨ 2017 ਦੇ ਵਿੱਚ ਸ਼ਾਇਦ ਮੈਂ ਸਭ ਤੋਂ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦਾ ਮਾਡਲ ਜੋ ਜੂਨ 1984 ਘੱਲੂਘਾਰੇ ਵਾਲਾ ਮੈਂ ਤਿਆਰ ਕੀਤਾ ਸੀ, ਜੋ ਕਿ ਫਰਾਂਸ ਦੇ ਵਿੱਚ ਇੱਕ ਸ਼ਹਿਰ ਹੈਗਾ ਪੈਰਿਸ, ਬੋਬੀਨੀ ਗੁਰਦੁਆਰਾ ਸਾਹਿਬ ਹੈ, ਉੱਥੇ ਬਣਾ ਕੇ ਭੇਜਿਆ ਸੀਗਾ। ਜਦੋਂ ਉਹ ਗੋਲੀਆਂ ਤੋਪਾਂ ਟੈਂਕਾਂ ਨੂੰ ਕੰਧਾਂ ਦੇ ਉੱਤੇ ਚੱਲੇ ਦਿਖਾਉਣਾ, ਕਿਸ ਤਰ੍ਹਾਂ ਕੰਧਾਂ ਸੜ ਗਈਆਂ, ਕਿਸ ਤਰ੍ਹਾਂ ਸਾਰੀਆਂ ਇਮਾਰਤਾਂ ਜਿਹੜੀਆਂ ਛਾਨਣੀ ਹੋ ਜਾਂਦੀਆਂ ਨੇ ਗੋਲੀਆਂ ਤੋਪਾਂ ਟੈਂਕਾਂ ਦੇ ਨਾਲ, ਕਈ ਮੈਂਬਰ ਆ ਕੇ ਕਹਿੰਦੇ ਵੀ ਸਾਨੂੰ ਦੇ ਦੋ ਸਾਡੇ ਘਰੇ ਰੱਖ ਲੈਂਦੇ ਅਸੀਂ ਸੋਹਣੇ ਲੱਗਣਗੇ ਪਏ। ਸ਼੍ਰੋਮਣੀ ਕਮੇਟੀ ਦੇ ਦਫ਼ਤਰ ਵੀ ਬੜੇ ਚੱਕਰ ਲਾਏ ਆ, ਕੋਈ ਵਧੀਆ ਭਰਵਾਂ ਹੁੰਗਾਰਾ ਨੀ ਭਰਿਆ, ਨਾ ਐਪਰੀਸ਼ੀਏਟ ਨੀ ਕੀਤਾ। ਪੰਜਾਬ ਸਾਰਾ ਨਸ਼ੇ ਦੇ ਵਿੱਚ ਡੁੱਬ ਰਿਹਾ, ਪੰਜਾਬ ਦੇ ਵਿੱਚ ਲੋਕ ਪੱਤ ਧੋ ਰਹੇ ਆ, ਗੁਰਸਿੱਖੀ ਨੂੰ ਛੱਡ ਕੇ ਹੋਰ ਧਰਮਾਂ ਦੇ ਵੱਲ ਮੂੰਹ ਨੂੰ ਚੁੱਕ ਰਹੇ ਆ। ਕੀ ਅੱਜ ਲੋੜ ਨੀ ਕਿਸੇ ਚੰਗੇ ਕਲਾਕਾਰ ਨੂੰ, ਅਗਰ ਸ਼੍ਰੋਮਣੀ ਕਮੇਟੀਆਂ ਨੇ ਜਾਂ ਵੱਡੇ ਪੰਥਕ ਅਦਾਰਿਆਂ ਨੇ, ਚੰਗੇ ਲੋਕ ਇਤਿਹਾਸਕਾਰ ਹੈ ਉਹਨਾਂ ਨੂੰ ਸਾਂਭਿਆ ਜਾਵੇ। ਅਗਰ ਇਹਨਾਂ ਕੋਲ ਕੋਈ ਪ੍ਰੂਫ ਹੈਗਾ ਇਸ ਤਰ੍ਹਾਂ ਦਾ ਕਿ ਇਹਨਾਂ ਨੇ ਜੀ ਬਹੁਤ ਵਧੀਆ ਕੋਈ ਮਾਨ ਸਤਿਕਾਰ ਕੀਤਾ ਜਾਂ ਕਿਤੇ ਪੁੱਛਿਆ, ਤੇ ਗੁਰੂ ਰਾਮਦਾਸ ਪਾਤਸ਼ਾਹ ਦੇ ਦਰ ਤੇ ਜਾ ਕੇ ਮਾਫ਼ੀ ਮੰਗ ਲਾਂਗੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੀ ਉਹ ਸਿੱਖੀ ਦਾ ਪ੍ਰਚਾਰ ਕਰ ਰਹੀ ਹੈ ਕਿ ਗੁਰਪ੍ਰੀਤ ਸਿੰਘ ਦੀ ਕਲਾ ਨੂੰ ਉਹ ਪਛਾਣ ਨਹੀਂ ਸਕੀ? ਫਟਾਫਟ ਸਜਾ ਕੇ ਸ਼੍ਰੋਮਣੀ ਕਮੇਟੀ ਬੜਾ ਮਾਣ ਮਹਿਸੂਸ ਕਰਦੀ ਹੈ ਵੀ ਇਹਦੀ ਕੱਪ ਜਿੱਤ ਕੇ ਆਏ, ਇਹਨਾਂ ਨੂੰ ਸਨਮਾਨ ਕਰੋ। ਉਹਨਾਂ ਨੇ ਕੀ ਕੌਮ ਦਾ ਕੋਈ ਸਿੱਖ ਧਰਮ ਦਾ ਪ੍ਰਚਾਰ ਕਰਤਾ? ਉਹ ਕੀ ਗੁਰੂ ਨਾਨਕ ਸਾਹਿਬ ਜੀ ਦੀ ਸਿੱਖੀ ਦਾ ਪ੍ਰਚਾਰ ਕਰਕੇ ਆਏ ਆ? ਜੇ ਚੰਗਾ ਕਾਰਜ ਕਰਨ ਵਾਲੇ ਨੂੰ ਇਹਨਾਂ ਨੇ ਸਾਂਭਿਆ ਹੁੰਦਾ ਤੇ ਅੱਜ ਲੋਕ ਇਹਨਾਂ ਨੂੰ ਇਸ ਤਰ੍ਹਾਂ ਦੇ ਕਮੈਂਟ ਨਾ ਕਰਨ। ਉਹ ਸਿਰਮੋਰ ਸੰਸਥਾਵਾਂ, ਉਹ ਸਰਕਾਰਾਂ ਜਿਨ੍ਹਾਂ ਦਾ ਜੋ ਫਰਜ਼ ਬਣਦਾ ਉਹਨਾਂ ਨੂੰ ਨਿਭਾਉਣਾ ਚਾਹੀਦਾ ਹੈ, ਜੋ ਮੇਰੇ ਖਿਆਲ ਨਾਲ ਤਾਂ ਨਹੀਂ ਨਿਭਾਇਆ। ਸਤਿ ਸ਼੍ਰੀ ਅਕਾਲ ਜੀ, ਚੜ੍ਹਦੀ ਕਲਾ ਟਾਈਮ ਟੀਵੀ ਦੇਖ ਰਹੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਅਸੀਂ ਉਸ ਗੁਰਸਿੱਖ ਵੀਰ ਦੇ ਨਾਲ ਤੁਹਾਨੂੰ ਮੁਲਾਕਾਤ ਕਰਾਵਾਂਗੇ ਜਿਸਨੇ ਕਿ ਪੰਜਾਬ 'ਚ ਨਹੀਂ ਸਗੋਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸਿੱਖੀ ਦਾ ਜਿਹੜਾ ਨਾਮ ਹੈ ਉਹ ਉੱਚਾ ਕੀਤਾ ਹੈ। ਉਹਨਾਂ ਦਾ ਨਾਮ ਹੈ ਸਰਦਾਰ ਗੁਰਪ੍ਰੀਤ ਸਿੰਘ ਜੀ, ਪੇਪਰ ਆਰਟਿਸਟ, ਜਿਨ੍ਹਾਂ ਨੂੰ ਖਾਸ ਤੌਰ 'ਤੇ ਕੈਨੇਡਾ ਦੇ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਦੇ ਨਾਲ ਮੁਲਾਕਾਤ ਹੁੰਦੀ ਹੈ। ਮੁਲਾਕਾਤ ਵੀ ਇਸ ਤਰੀਕੇ ਦਾ ਹੁੰਦੀ ਹੈ ਕਿ ਉਹਨਾਂ ਨੂੰ ਕਿਹਾ ਜਾਂਦਾ ਵੀ ਤੁਹਾਨੂੰ ਸਿੱਧਾ ਜਿਹੜੀ ਆ ਉਹ PR ਦਿੰਦੇ ਆ। PR ਦਾ ਮਤਲਬ ਕੀ ਹੁੰਦਾ ਹੈ ਕਿ ਅਜਿਹੇ ਸ਼ਖਸ ਨੂੰ PR ਸਿੱਧੀ ਕਿਉਂ ਦਿੱਤੀ ਜਾਂਦੀ ਹੈ ਤੇ ਇਸ ਸ਼ਖਸ ਦਾ ਕੰਮ ਕੀ ਹੁੰਦਾ ਹੈ ਤੇ ਜਿਹੜੇ ਲੋਕ ਨੇ ਉੱਥੋਂ ਪ੍ਰਭਾਵਿਤ ਕਿਉਂ ਹੁੰਦੇ ਨੇ, ਅੱਜ ਜਿਹੜੀ ਪੂਰੀ ਅਸੀਂ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਪ੍ਰੀਤ ਸਿੰਘ ਜੀ, ਸਭ ਤੋਂ ਪਹਿਲਾਂ ਦੱਸੋ ਵੀ ਤੁਹਾਡੀ ਜਿਹੜਾ ਸ਼ੁਰੂਆਤ ਜਿਹੜੀ ਹੈ ਪੇਪਰ ਆਰਟਿਸਟ ਤੋਂ ਕਿਵੇਂ ਹੁੰਦੀ ਹੈ, ਇਸ ਲਾਈਨ ਦੇ ਵਿੱਚ ਕਿਵੇਂ ਆਏ, ਥੋੜੀ ਜਾਣਕਾਰੀ ਸਾਂਝੀ ਕਰੋ। ਬਿਲਕੁਲ ਜੀ, ਅੱਜ ਤੋਂ ਤਕਰੀਬਨ 24 ਸਾਲ ਪਹਿਲਾਂ ਇਸ ਕਲਾ ਦੇ ਨਾਲ ਜੁੜਨਾ ਹੋਇਆ ਜਦੋਂ ਮੈਂ ਰਾਜਸਥਾਨ ਦੇ ਵਿੱਚ, ਇੱਕ ਸ਼ਹਿਰ ਹੈ ਹਨੂਮਾਨਗੜ੍ਹ ਡਿਸਟ੍ਰਿਕਟ ਦੇ ਵਿੱਚ ਰਹਿੰਦਾ ਸੀਗਾ, ਤੇ ਆਪਣੇ ਇੱਕ ਕੱਚੇ ਘਰ ਦਾ ਮੈਂ ਮਾਡਲ ਬਣਾਇਆ ਤੇ ਉਹਨੂੰ ਪਰਿਵਾਰ ਵੱਲੋਂ ਬਹੁਤ ਸ਼ਲਾਘਾ ਮਿਲੀ, ਦੋਸਤਾਂ ਮਿੱਤਰਾਂ ਵੱਲੋਂ ਬਹੁਤ ਪਸੰਦ ਕੀਤਾ ਗਿਆ ਤੇ ਫਿਰ ਮਨ ਕੀਤਾ ਕੁਛ ਨਾ ਕੁਛ ਵਰਲਡ ਫੇਮਸ ਬਣਾਇਆ ਜਾਵੇ। ਕਿਸੇ ਸੱਜਣ ਮਿੱਤਰ ਨੇ ਸਲਾਹ ਦਿੱਤੀ ਕਿ ਤੁਸੀਂ ਕੁਛ ਵਰਲਡ ਫੇਮਸ ਬਣਾਓ, ਜਿਹੜਾ ਵਰਲਡ ਦੇ ਵਿੱਚ ਫੇਮਸ ਕੋਈ ਇਮਾਰਤਾਂ ਹੋਣ। ਤਾਂ ਗੁਰੂ ਸਾਹਿਬ ਨੇ ਕਿਰਪਾ ਕੀਤੀ ਕਿ
ਕਲਾ ਦੇ ਵਿੱਚ ਅਗਲਾ ਜਿਹੜਾ ਦੌਰ ਸ਼ੁਰੂ ਹੋਇਆ, ਸੱਤ ਅਜੂਬਿਆਂ ਦੇ ਮਾਡਲ ਜਿਹੜੇ ਹੈਗੇ ਦੁਨੀਆਂ ਦੇ, ਸੱਤਾਂ ਅਜੂਬਿਆਂ ਦੇ, ਤਾਜ ਮਹਿਲ, ਸਟੈਚੂ ਆਫ ਲਿਬਰਟੀ, ਐਫਲ ਟਾਵਰ, ਲੀਨਿੰਗ ਟਾਵਰ ਓ ਪੀਸਾ, ਤੇ ਇਸ ਤਰ੍ਹਾਂ ਦੇ ਜਿਹੜੇ ਅਜੂਬੇ ਹੈ ਦੁਨੀਆਂ ਦੇ, ਤੇ ਇਹ ਮੈਂ ਬਣਾਉਣੇ ਫਿਰ ਸ਼ੁਰੂ ਕਰ ਦਿੱਤੇ। ਜੇਕਰ ਗੱਲ ਜਿਹੜਾ ਤੁਸੀਂ ਸਟੈਚੂ ਬਣਾਇਆ ਸੀ ਉਹਦੀ ਕਲਾ ਤੁਹਾਡੇ ਕੋਲ ਕੀ, ਤੁਹਾਡੇ ਪਰਿਵਾਰ ਦੇ ਵਿੱਚ ਕੋਈ ਅਜੇ ਕਰਦਾ ਸੀ ਪੇਪਰ ਆਰਟਿਸਟ ਦਾ, ਜਾਂ ਫਿਰ ਤੁਹਾਡੇ ਕੋਲ ਇਹ ਕਲਾ ਕਿਵੇਂ ਵਰਤੀ? ਇਹ ਮੈਨੂੰ ਐ ਲੱਗਦਾ ਵੀ ਸਾਰੀ ਜਿਹੜੀ ਕਰਾਮਾਤ ਹੈ ਗੁਰੂ ਰਾਮਦਾਸ ਪਾਤਸ਼ਾਹ ਦੀ, ਕਿ ਜਿਹਨਾਂ ਨੇ ਉਹ ਕਲਾ ਜਿਹੜੀ ਹੈਗੀ ਹੈ ਕੱਚੇ ਘਰ ਤੋਂ, ਮੇਰੇ ਆਪਣੇ ਘਰ ਤੋਂ ਜਿੱਥੋਂ ਮੈਂ ਸ਼ੁਰੂਆਤ ਕੀਤੀ, ਇਸ ਤੋਂ ਪਹਿਲਾਂ ਨਾ ਸਾਡੇ ਪਰਿਵਾਰ ਦੇ ਵਿੱਚ ਨਾ ਸਾਡੇ ਕੋਈ ਕੋਈ ਹੋਰ ਇਸ ਕਲਾ ਨਾਲ ਜੁੜਿਆ ਹੋਇਆ ਸੀਗਾ। ਪਰ ਗੱਲ ਇੰਨੀ ਹੈ ਕਿ ਜਦੋਂ ਗੁਰੂ ਕਿਰਪਾ ਕਰ ਦੇਵੇ ਤੇ ਫਿਰ ਕਈ ਵਾਰੀ ਦੁਨਿਆਵੀ ਉਸਤਾਦ ਵੀ ਥੱਲੇ ਰਹਿ ਜਾਂਦੇ, ਤੇ ਮੈਨੂੰ ਇਹੀ ਜਾਪਦਾ ਕਿ ਗੁਰੂ ਰਾਮਦਾਸ ਪਾਤਸ਼ਾਹ ਨੇ ਇਹ ਜ਼ਰੀਆ ਬਣਾ ਕੇ ਕੱਚੇ ਘਰ ਦੇ ਮਾਡਲ ਤੋਂ ਸ਼ੁਰੂਆਤ ਕਰਵਾ ਕੇ ਪੂਰੀ ਦੁਨੀਆਂ ਦੇ ਵਿੱਚ ਜਿਹੜੀ ਇਹ ਕਲਾ ਪਹੁੰਚਣ ਦਾ ਜਿਹੜਾ ਗੁਰੂ ਸਾਹਿਬ ਨੇ ਤਰਸ ਕੀਤਾ ਮੇਰੇ ਤੇ, ਕਿ ਇਹ ਜਿਹੜੀ ਕਲਾ ਪੂਰੀ ਦੁਨੀਆਂ ਤਾਈਂ ਪਹੁੰਚੀ, ਜਿਹਦੇ ਵਿੱਚ ਕਿ ਅਨੇਕਾਂ ਧਾਰਮਿਕ ਸਥਾਨਾਂ ਦੇ ਮਾਡਲ, ਜਿਸ ਤਰ੍ਹਾਂ ਦਸਾਂ ਪਾਤਸ਼ਾਹੀਆਂ ਜੀ ਦੇ ਜਨਮ ਸਥਾਨਾਂ ਦੇ ਮਾਡਲ, ਪੰਜ ਤਖ਼ਤ ਸਾਹਿਬਾਨਾਂ ਦੇ ਮਾਡਲ, ਪਾਕਿਸਤਾਨ ਦੇ ਕਾਫੀ ਸਾਰੇ ਗੁਰਦੁਆਰਾ ਸਾਹਿਬ, ਸ੍ਰੀ ਪੰਜਾ ਸਾਹਿਬ ਜੀ, ਸ੍ਰੀ ਨਨਕਾਣਾ ਸਾਹਿਬ ਜੀ, ਸ੍ਰੀ ਕਰਤਾਰਪੁਰ ਸਾਹਿਬ, ਚੂਨਾ ਮੰਡੀ ਸਾਹਿਬ, ਲਾਹੌਰ, ਅਤੇ ਉਹਦੇ ਨਾਲ ਨਾਲ ਹੀ ਕਈ ਦੇਸ਼ਾਂ ਵਿਦੇਸ਼ਾਂ ਦੀਆਂ ਕਈ ਕੰਟਰੀਆਂ ਦੇ ਵਿੱਚ, ਜਿਹੜੇ June 1984 ਦਾ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦਾ ਮਾਡਲ ਹੈ, ਇਹ ਵੀ ਬਣਾਉਣ ਦਾ ਜਿਹੜਾ ਮੌਕਾ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਕਿ ਇਹ ਜਿਹੜੀ ਕਲਾ ਹੈਗੀ ਹੈ ਇਹ ਕਿਤੇ ਸਿੱਖਣ ਦਾ ਤਾਂ ਸਮਾਂ ਨਹੀਂ ਮਿਲਿਆ, ਸਬੱਬ ਨਹੀਂ ਬਣਿਆ, ਕਿਉਂਕਿ ਜਿਹੜੇ ਇੰਸਟੀਟਿਊਸ਼ਨ ਤੋਂ ਤੁਸੀਂ ਇਹ ਕਲਾ ਸਿੱਖਦੇ ਹੋ ਉੱਥੇ ਤੇ ਗੁਰੂ ਸਾਹਿਬ ਨੇ ਵਡਿਆਈ ਦਿੱਤੀ। ਮੈਂ ਆਪ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਹੋਰ ਕਈ ਸਕੂਲਾਂ ਕਾਲਜਾਂ ਦੇ ਵਿੱਚ ਜਾ ਕੇ ਇਹ ਕਲਾ ਸਿਖਾ ਚੁੱਕਿਆ, ਬੜੇ ਗੁਰੂ ਸਾਹਿਬ ਦੀ ਕਿਰਪਾ। ਤੇ ਸਭ ਤੋਂ ਵਧੀਆ ਗੱਲ ਕੀਤੀ ਜਾਵੇ, ਕਿਉਂਕਿ ਨਾ ਕਹਿੰਦੇ ਨੇ ਇੱਕ ਜਿਹੜਾ ਹਰ ਇੱਕ ਇਨਸਾਨ ਜਦੋਂ ਕੋਈ ਕੰਮ ਕਰਦਾ ਤਾਂ ਉਹਦੀ ਕੋਈ ਸਪੈਸ਼ਲ ਜਿਹੜੀ ਚੀਜ਼ ਆ ਉਹ ਸੁੰਦਰਤਾ ਹੁੰਦੀ ਹੈ, ਵੀ ਆ ਮੈਨੂੰ ਚੀਜ਼ ਚੰਗੀ ਲੱਗਦੀ ਹੈ। ਜਿਹੜਾ ਤੁਸੀਂ ਮਾਡਲ ਤਿਆਰ ਕੀਤਾ ਸੀ ਉਹ ਕਿਹੜਾ ਮਾਡਲ ਸੀ ਜਿਹੜਾ ਵਾਕਈ ਬਹੁਤ ਸੁੰਦਰ ਸੀ, ਜਿਨ੍ਹਾਂ ਨੇ ਲੋਕਾਂ ਨੂੰ ਵੀ ਪਸੰਦ ਕੀਤਾ, ਸੰਗਤ ਨੇ ਵੀ ਪਸੰਦ ਕੀਤਾ, ਉਹ ਅਜਿਹਾ ਕਿਹੜਾ ਮਾਡਲ ਸੀ ਉਹ? ਸਭ ਤੋਂ ਪਹਿਲਾਂ ਜਿਸ ਵੇਲੇ ਮੈਂ ਧਾਰਮਿਕ ਸਥਾਨਾਂ ਦੇ ਮਾਡਲ ਦਾ ਜ਼ਿਕਰ ਕਰਾਂ, 2009 ਦੇ ਵਿੱਚ ਮੈਂ ਸ੍ਰੀ ਪੰਜਾ ਸਾਹਿਬ, ਸ੍ਰੀ ਨਨਕਾਣਾ ਸਾਹਿਬ ਦੇ ਮਾਡਲ ਬਣਾਉਣੇ ਆਰੰਭ ਕੀਤੇ ਸੀ। ਉਹਦੇ ਨਾਲ ਹੀ ਦੁਨੀਆਂ ਦੀ ਸਭ ਤੋਂ ਛੋਟੀ 1 ਇੰਚ ਦੀ ਦਸਤਾਰ ਬਣਾਈ ਸੀ, ਜੋ ਕਿ 1 ਇੰਚ ਦੀ ਸੀਗੀ, ਹੂਬਹੂ ਜਿਸ ਤਰ੍ਹਾਂ ਆਪਾਂ ਦਸਤਾਰ ਸਜਾਈ ਹੈ ਇਸੇ ਤਰ੍ਹਾਂ ਹੀ ਇਹ ਪੂਣੀ ਕਰਕੇ ਉਸ ਤਰ੍ਹਾਂ ਹੀ 1 ਇੰਚ ਦੀ ਬਣਾਈ ਸੀ, ਜਿਹਨੂੰ ਕਿ Top 120 ਟੈਲੈਂਟ ਆਫ ਇੰਡੀਆ ਦਾ ਅਵਾਰਡ ਇੰਡੀਆ ਬੁੱਕ ਵੱਲੋਂ ਮਿਲਿਆ ਸੀ। ਲੇਕਿਨ ਜੇ ਤੁਸੀਂ ਗੱਲ ਕਰੋ ਕਿ ਸਭ ਤੋਂ ਜ਼ਿਆਦਾ ਪਿਆਰ, ਜਿਹੜੀ ਸਭ ਤੋਂ ਜ਼ਿਆਦਾ ਪਸੰਦ ਜਿਹੜਾ ਮੈਨੂੰ ਮਾਡਲ ਮੇਰੀ ਜ਼ਿੰਦਗੀ ਦੇ ਵਿੱਚ ਆਇਆ, ਗੁਰੂ ਰਾਮਦਾਸ ਪਾਤਸ਼ਾਹੀ ਦਾ ਦਰ, ਜਿਹਨਾਂ ਦਾ ਕਿ ਸ੍ਰੀ ਹਰਿਮੰਦਰ ਸਾਹਿਬ ਜੀ ਦਾ ਦਰਬਾਰ ਸਾਹਿਬ ਦਾ ਜਦੋਂ ਮੈਂ ਮਾਡਲ ਬਣਾਇਆ, ਤੇ ਮੈਨੂੰ ਤਕਰੀਬਨ 4-5 ਮਹੀਨਿਆਂ ਦਾ ਸਮਾਂ, ਪਹਿਲੀ ਵਾਰੀ ਜਦੋਂ ਮੈਂ 2011 ਚ ਮਾਡਲ ਬਣਾਇਆ ਸੀਗਾ, ਤੇ ਉਹ ਬਹੁਤ ਮਿਹਨਤ ਨਾਲ, ਬਹੁਤ ਭਾਵਨਾ ਦੇ ਨਾਲ, ਉਸੇ ਤਰ੍ਹਾਂ ਆਪਾਂ ਕਹਿੰਦੇ ਸੁਚਮ ਦੇ ਨਾਲ, ਸੁੱਚੇ ਹੱਥਾਂ ਨਾਲ ਸਿਰ ਨੂੰ ਢੱਕ ਕੇ, ਤੇ ਜਦੋਂ ਭਾਵਨਾ ਨਾਲ ਬਣਾਇਆ ਤੇ ਪੂਰੀ ਦੁਨੀਆਂ ਦੇ ਵਿੱਚ, ਨਾ ਸਿਰਫ ਸਿੱਖ ਕੌਮ ਵੱਲੋਂ, ਪੂਰੀ ਦੁਨੀਆਂ ਦੇ ਵਿੱਚ ਵਸਦੇ ਲੋਕਾਂ ਵੱਲੋਂ ਉਹਨੂੰ ਬਹੁਤ ਕਲਾ ਨੂੰ ਅਦਬ ਦਿੱਤਾ ਗਿਆ। ਤੁਸੀਂ ਮਾਡਲ ਦੀ ਗੱਲ ਕੀਤੀ ਹੈ, ਤੁਸੀਂ ਉਹ ਵੀ ਜਿਹੜਾ ਮਾਡਲ ਤਿਆਰ ਕੀਤਾ ਜਦੋਂ June 1984 ਦੇ ਵਿੱਚ ਸ੍ਰੀ ਦਰਬਾਰ ਸਾਹਿਬ ਵਿਖੇ ਅਟੈਕ ਹੋਇਆ, ਜਦੋਂ ਉਹ ਦ੍ਰਿਖ, ਜਦੋਂ ਉਹ ਤਸਵੀਰਾਂ ਸਾਹਮਣੇ ਆਉਂਦੀਆਂ ਨੇ, ਕਿਉਂਕਿ ਉਹ ਜਿਹੜਾ ਮਾਹੌਲ ਸੀ ਬੜਾ ਇੱਕ ਅਜਿਹਾ ਮਾਹੌਲ ਸੀ ਉਹ ਨਾ ਕਦੇ ਭੁੱਲਿਆ ਤੇ ਨਾ ਭੁਲਾਇਆ ਜਾ ਸਕਦਾ, ਉਸਨੂੰ ਤਿਆਰ ਕਰਨ ਦੇ ਵਿੱਚ ਲੱਗਿਆ, ਕਿਉਂਕਿ ਛੋਟੀਆਂ ਛੋਟੀਆਂ ਚੀਜ਼ਾਂ ਦਾ ਬੜਾ ਧਿਆਨ ਰੱਖਣਾ ਪੈਣਾ ਸੀ, ਕਿਉਂਕਿ ਇੱਥੇ ਜਿਹੜਾ ਹੈ ਦਰਬਾਰ ਸਾਹਿਬ ਦੇ ਇਸ ਜਗ੍ਹਾ ਤੇ ਆ ਕੇ ਜਿਹੜੇ ਗੋਲੀ ਵੱਜੀ ਹੈ, ਇਸ ਜਗ੍ਹਾ ਤੇ ਆ ਕੇ ਨਿਸ਼ਾਨ ਹੋਏ ਨੇ, ਉਹ ਸਾਰਾ ਜਿਹੜਾ ਤੁਸੀਂ ਕਿਵੇਂ ਤਿਆਰ ਕੀਤਾ, ਦਿਮਾਗ ਦੇ ਵਿੱਚ ਕਿਵੇਂ ਆਇਆ, ਕਿਉਂਕਿ ਅਜਿਹੀ ਚੀਜ਼ ਨੂੰ ਤਿਆਰ ਕਰਨਾ ਉਹ ਵੀ ਪੇਪਰ ਵਰਕ ਦੇ ਨਾਲ ਬੜਾ ਔਖਾ, ਜਿਹੜਾ ਆਪਾਂ ਸਮਝਦੇ ਹਾਂ ਵੀ ਜਿਹੜਾ ਇੱਕ ਆਰਟਿਸਟ ਵਾਸਤੇ ਹੁੰਦਾ, ਤੁਸੀਂ ਕਿੰਨਾ ਕੁ ਸਮਾਂ ਲਗਾਇਆ ਉਸ ਤੇ?
ਮੈਂ ਦੱਸਣਾ ਚਾਹੂੰਗਾ ਕਿ ਸਨ 2017 ਦੇ ਵਿੱਚ ਸ਼ਾਇਦ ਮੈਂ ਸਭ ਤੋਂ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦਾ ਮਾਡਲ ਜੋ ਜੂਨ 1984 ਘੱਲੂਘਾਰੇ ਵਾਲਾ ਮੈਂ ਤਿਆਰ ਕੀਤਾ ਸੀ, ਜੋ ਕਿ ਫਰਾਂਸ ਦੇ ਵਿੱਚ ਇੱਕ ਸ਼ਹਿਰ ਹੈਗਾ ਪੈਰਿਸ, ਬੁਬੀਨੀ ਗੁਰਦੁਆਰਾ ਸਾਹਿਬ ਹੈ, ਉੱਥੇ ਬਣਾ ਕੇ ਭੇਜਿਆ ਸੀਗਾ। ਉਹ ਸਭ ਤੋਂ ਪਹਿਲਾਂ ਮੈਂ ਜੂਨ 1984 ਦਾ ਮਾਡਲ ਉਸ ਵੇਲੇ ਬਣਾਇਆ ਸੀ। ਤੇ ਮੈਂ ਤੁਹਾਨੂੰ ਸੱਚ ਦੱਸਾਂ ਕਿ ਅਨੇਕਾਂ ਮਾਡਲ, ਸੈਂਕੜੇ ਮਾਡਲ ਬਣਾ ਚੁੱਕੇ ਹਾਂ, ਲੇਕਿਨ ਜਦੋਂ ਵੀ ਮੈਂ ਜੂਨ 1984 ਦਾ ਘੱਲੂਘਾਰੇ ਵਾਲਾ ਮਾਡਲ ਬਣਾਉਂਦਾ, ਤੇ ਅੱਜ ਜਿੰਨੀਆਂ ਵੀ ਸੈਂਕੜੇ ਜਾਨਾਂ ਉਸ ਘੱਲੂਘਾਰੇ ਦੇ ਵਿੱਚ ਗਈਆਂ, ਉਹਨਾਂ ਦਾ ਦਰਦ, ਉਹਨਾਂ ਦੀਆਂ ਚੀਕਾਂ ਮੇਰੇ ਕੰਨਾਂ ਚ ਗੂੰਜਦੀਆਂ ਨੇ। ਅੱਜ ਵੀ ਮੇਰੀਆਂ ਅੱਖਾਂ ਨਮ ਹੁੰਦੀਆਂ ਨੇ ਉਸ ਕਲਾ ਨੂੰ ਆਪਣੇ ਹੱਥਾਂ ਨਾਲ ਬਣਾਉਂਦਿਆਂ। ਤੇ ਨਾਲ ਮੈਂ ਇਹ ਵੀ ਦੱਸ ਦੇਣਾ, ਦੁਨੀਆਂ ਦਾ ਕੋਈ ਵੀ ਕਲਾਕਾਰ ਤੁਸੀਂ ਕਲਾ ਨੂੰ ਸਵਾਰ ਕੇ, ਸ਼ਿੰਗਾਰ ਕੇ ਬਣਾਉਂਦਾ ਵੇਖਿਆ ਹੋਣਾ, ਇਹ ਪਹਿਲਾ ਦੁਨੀਆਂ ਦਾ ਕੋਈ ਕਲਾਕਾਰ ਹੈ ਜਿਹਦੇ ਹਿੱਸੇ ਗੁਰੂ ਸਾਹਿਬ ਨੇ ਸੇਵਾ ਲਾਈ ਹੈ, ਲਾ ਲਓ ਵੀ ਕੌਮ ਦਾ ਜਿਹੜਾ ਦਰਦ ਰੱਖਣ ਦੀ, ਕਿ ਆਪਣੀ ਕੌਮ ਦਾ ਦਰਦ ਰੱਖਣ ਲਈ ਇਸ ਕਲਾਕਾਰ ਨੂੰ ਗੁਰੂ ਸਾਹਿਬ ਨੇ ਚੁਣਿਆ। ਮੈਂ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਦਾ ਕਿ ਜਦੋਂ ਉਹ ਗੋਲੀਆਂ, ਤੋਪਾਂ, ਟੈਂਕਾਂ ਨੂੰ ਕੰਧਾਂ ਦੇ ਉੱਤੇ ਚੱਲੇ ਦਿਖਾਉਣਾ, ਕਿਸ ਤਰ੍ਹਾਂ ਕੰਧਾਂ ਸੜ ਗਈਆਂ, ਕਿਸ ਤਰ੍ਹਾਂ ਸਾਰੀਆਂ ਇਮਾਰਤਾਂ ਜਿਹੜੀਆਂ ਛਾਨਣੀ ਹੋ ਜਾਂਦੀਆਂ ਨੇ ਗੋਲੀਆਂ, ਤੋਪਾਂ, ਟੈਂਕਾਂ ਦੇ ਨਾਲ, ਖੂਨ ਦੇ ਨਾਲ ਸਾਰੀ ਪਰਿਕਰਮਾ ਭਰ ਜਾਂਦੀ ਹੈ, ਉਹ ਦਰਦ ਨੂੰ ਬਿਆਨ ਕਰਦਿਆਂ ਮੇਰੇ ਹੱਥ ਕੰਬਦੇ ਆ, ਕਿਸ ਤਰ੍ਹਾਂ ਕੰਧਾਂ ਸੜੀਆਂ ਹੋਈਆਂ ਦਿਖਾਣੀਆਂ, ਇਹ ਮੇਰੇ ਲਈ ਬਹੁਤ ਬੜਾ ਔਖਾ ਕਾਰਜ ਹੈ ਕਰਨਾ। ਲੇਕਿਨ ਗੁਰੂ ਸਾਹਿਬ ਨੇ ਤਰਸ ਕੀਤਾ ਕਿ ਅੱਜ 40 ਸਾਲ ਹੋ ਗਏ ਸਾਡੀ ਕੌਮ ਨੂੰ, ਇਸ ਜਿਹੜਾ ਸਾਡੇ ਨਾਲ ਜੋ ਵਿਤਕਰਾ ਹੋਇਆ, ਜੋ ਸਾਡੇ ਨਾਲ ਜਿਹੜਾ ਘੱਲੂਘਾਰਾ ਵਾਪਰਿਆ ਜੂਨ 1984 ਦਾ, ਇਹਦਾ ਸਾਨੂੰ ਇਨਸਾਫ਼ ਨਹੀਂ ਮਿਲਿਆ। ਅੱਜ ਵੀ ਕੌਮ ਉਸ ਇਨਸਾਫ਼ ਦੀ ਉਡੀਕ ਦੇ ਵਿੱਚ, ਅੱਜ ਵੀ ਉਹਨਾਂ ਦੀਆਂ ਚੀਕਾਂ ਸਾਨੂੰ ਪਰਿਕਰਮਾ ਦੇ ਵਿੱਚ ਗੂੰਜਦੀਆਂ ਕੰਨਾਂ ਦੇ ਵਿੱਚ ਸੁਣਦੀਆਂ ਨੇ, ਜਿਸ ਤਰ੍ਹਾਂ ਅਸੀਂ ਗੋਲੀਆਂ ਦੇ ਜ਼ਖਮ ਅੱਜ ਵੀ ਕਿਸੇ ਥਾਵਾਂ ਤੇ ਦੇਖਦੇ ਹਾਂ। ਉਹ ਜ਼ਿਕਰ ਕਿਵੇਂ ਕੀਤਾ ਤੁਸੀਂ, ਜਿਹੜਾ ਉਹ ਕਿਵੇਂ, ਜਿਹੜਾ ਪੇਪਰ ਵਰਕ ਦੇ ਨਾਲ ਜਿਹੜਾ ਉਹ ਸਾਰੀ ਜਿਹੜੀ ਆ ਤੁਸੀਂ ਉਸ ਦੇ ਛਪਾਈ ਕੀਤੀ ਹੈ, ਉਹ ਫਿਰ ਕਿਵੇਂ ਤੁਸੀਂ ਤਿਆਰ ਕੀਤਾ? ਕਿਉਂਕਿ ਛੋਟੇ ਛੋਟੇ ਚੀਜ਼ਾਂ ਦਾ ਬੜਾ ਜਿਹੜਾ ਧਿਆਨ ਰੱਖਣਾ ਪੈਣਾ ਸੀ, ਵੀ ਗੋਲੀਆਂ ਦੇ ਨਿਸ਼ਾਨ ਦੀ ਗੱਲ ਕੀਤੀ ਹੈ, ਪਰ ਉਹ ਕਿਵੇਂ ਜਿਹੜਾ ਤੁਸੀਂ ਕਲਰ ਨੂੰ ਮੈਚ ਕੀਤਾ ਉਹ? ਬਿਲਕੁਲ ਜੀ, ਉਹ ਸਾਰੀ ਡਿਟੇਲਸ, ਫੋਟੋਜ਼, ਵੀਡੀਓਜ਼ ਜਿਹੜੇ ਪੁਰਾਣੇ ਹੁੰਦੇ ਆ, ਉਹ ਸਾਰੇ ਇਕੱਤਰ ਕਰਕੇ ਪੂਰੀ ਡਿਟੇਲ ਦੇ ਵਿੱਚ ਜਾਈਦਾ। ਤੇ ਉਹਦੇ ਨਾਲ ਮੈਂ ਤੁਹਾਨੂੰ ਦੱਸ ਦਵਾਂ ਕਿ ਜਿਹੜੀ ਮੇਰੀ ਸ਼ੁਰੂਆਤ ਹੋਈ ਸੀ ਪੇਪਰ ਆਰਟ ਦੇ ਨਾਲ ਹੋਈ ਸੀਗੀ, ਜਦੋਂ ਮੈਂ ਦੁਨੀਆਂ ਦੇ ਸਭ ਤੋਂ ਚੁੱਭੇ ਤੇ ਅਨੇਕਾਂ ਧਾਰਮਿਕ ਸਥਾਨਾਂ ਦੇ ਮਾਡਲ ਪੇਪਰ ਆਰਟ ਦੇ ਨਾਲ ਬਣਾਏ, ਤੇ ਨਾਮ ਇੱਕ ਪੂਰੀ ਦੁਨੀਆਂ ਦੇ ਵਿੱਚ ਹੋ ਗਿਆ ਕਿ ਗੁਰਪ੍ਰੀਤ ਸਿੰਘ ਪੇਪਰ ਆਰਟਿਸਟ ਜਾਂ ਪੇਪਰ ਆਰਟਿਸਟ ਗੁਰਪ੍ਰੀਤ ਸਿੰਘ। ਲੇਕਿਨ ਹੁਣ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ, ਨਿਮਾਣੇ ਦੇ ਸਿਰ ਤੇ ਹੱਥ ਰੱਖਿਆ ਕਿ ਪੂਰੀ ਦੁਨੀਆਂ ਦੇ ਵਿੱਚ ਵੱਖ ਵੱਖ ਸਾਹਿਜਾਂ ਦੇ, ਵੱਡੇ ਸਾਹਿਜਾਂ ਦੇ ਨਗਰ ਕੀਰਤਨਾਂ ਲਈ, ਅਜਾਇਬ ਘਰਾਂ ਲਈ ਵੀ ਮਾਡਲ ਬਣਾ ਕੇ ਦੇ ਰਹੇ ਹਾਂ। ਹੁਣ ਪਿਛਲੇ ਇੱਕ ਮਹੀਨਾ ਪਹਿਲਾਂ ਮੈਂ ਇੱਥੇ ਆਸਟ੍ਰੇਲੀਆ ਦੇ ਵਿੱਚ ਵਿਚਰ ਰਿਹਾ ਸੀ ਕਿ ਗੁਰੂ ਸਾਹਿਬ ਨੇ ਕਿਰਪਾ ਕੀਤੀ ਕਿ ਜੂਨ 1984 ਦਾ ਘੱਲੂਘਾਰੇ ਵਾਲਾ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦਾ ਮਾਡਲ, ਤੇ ਉਸ ਤੋਂ ਪਹਿਲਾਂ ਜਿਸ ਵੇਲੇ ਇਮਾਰਤ ਅਜੇ ਅਕਾਲ ਤਖ਼ਤ ਸਾਹਿਬ ਦੀ ਢਹਿ ਢੇਰੀ ਨਹੀਂ ਹੋਈ ਸੀ, ਉਹ ਮਾਡਲ ਲਈ ਮੈਂ ਦੱਸ ਦੇਵਾਂ। ਤਕਰੀਬਨ ਆਪਾਂ ਜੇ ਦੇਖ ਕੇ ਚੱਲੀਏ ਤੇ ਅੱਜ ਤੱਕ ਦੁਨੀਆਂ ਚ ਕਿਸੇ ਅਜਾਇਬ ਘਰ ਚ ਤੁਹਾਨੂੰ ਨਹੀਂ ਮਿਲੇਗਾ, ਪਹਿਲੀ ਵਾਰੀ ਗੁਰੂ ਸਾਹਿਬ ਨੇ ਤਰਸ ਕਰਕੇ ਉਹ ਸੇਵਾ ਲਈ, ਜਿਹੜਾ ਸਿੱਖ ਪੰਥ ਦੇ ਨਾਲ ਜੋ ਕੁਛ ਵੀ ਵਾਪਰਿਆ, ਜੋ ਇਤਿਹਾਸ ਹੈ, ਉਹ ਵੀ ਸੰਗਤਾਂ ਨੂੰ, ਬੱਚਿਆਂ ਨੂੰ ਦੇਖਣ ਨੂੰ ਮਿਲਦਾ, ਜੋ ਕਿ ਸਾਡੇ ਅਜੋਕੇ ਸਮੇਂ ਦੇ ਵਿੱਚ ਬਹੁਤ ਜ਼ਰੂਰੀ। ਸਿੰਘ ਸਾਹਿਬ, ਗੁਰਪ੍ਰੀਤ ਸਿੰਘ ਜੀ, ਫਿਰ ਸੰਗਤਾਂ ਤੱਕ ਕਿਵੇਂ ਪਹੁੰਚ ਕੀਤੀ? ਕਿਉਂਕਿ ਤੁਸੀਂ ਜਦੋਂ ਸ਼ੁਰੂਆਤ ਕੀਤੀ, ਕਿਹਾ ਵੀ ਮੈਂ ਇੱਕ ਜਿਹੜਾ ਛੋਟੇ ਪਰਿਵਾਰ ਤੋਂ ਉੱਠ ਕੇ ਜਿਹੜਾ ਇਹ ਸ਼ੁਰੂਆਤ ਕੀਤੀ, ਕਿਉਂਕਿ ਫਿਰ ਲੋਕਾਂ ਦੇ ਤੱਕ ਕਿਵੇਂ ਵਿਚਰੇ ਕਿ ਕਿਸੇ ਨੇ ਤੁਹਾਡੀ ਜਿਹੜਾ ਐਡ ਕੀਤੀ ਹੈ, ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਕੀਤੀ ਜਾਵੇ, ਜਾਂ ਉਹਨਾਂ ਤੋਂ ਅਪਰੋਚ ਕੀਤੀ, ਜਾਂ ਫਿਰ ਲੋਕਾਂ ਤੱਕ ਕਿਵੇਂ ਵਿਚਰੇ ਤੁਸੀਂ? ਮੈਂ ਜੀ ਤਕਰੀਬਨ ਸਨ 2003 ਦੇ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਗੁਰੂ ਰਾਮਦਾਸ ਜੀ ਨਗਰੀ ਚ ਆ ਗਏ ਸੀਗੇ, ਤੇ ਅਨੇਕਾਂ ਵਾਰੀ ਉਸ ਦੌਰਾਨ ਮੇਰੇ ਖਿਆਲ ਨਾਲ ਵੱਖ ਵੱਖ ਟਾਈਮ ਦੇ ਜਿਹੜੇ ਪ੍ਰਧਾਨ ਸਾਹਿਬ ਹੋਣਗੇ ਜਾਂ ਸੈਕਟਰੀ ਹੋਣਗੇ ਜਾਂ ਮੈਨੇਜਰ ਹੋਣਗੇ, ਉਹਨਾਂ ਨਾਲ ਰਾਬਤਾ ਬਣਾਇਆ, ਉਹਨਾਂ ਦੇ ਦਫ਼ਤਰਾਂ ਦੇ ਚੱਕਰ ਕੱਟੇ, ਖਰੇ ਕਿੰਨੀ ਵਾਰੀ ਚ ਗਏ ਆ, ਜਿਵੇਂ ਪੰਜਾਬੀ ਚ ਕਹਿੰਦੇ ਨੇ ਜੁੱਤੀਆਂ ਘਸੀਆਂ ਜਾਂਦੇ ਆ, ਉਹ ਚੀਜ਼ ਹੋਈ ਸਾਡੇ ਨਾਲ। ਅਨੇਕਾਂ ਮੈਂਬਰ ਸਾਹਿਬਾਨ ਮੇਰੇ ਘਰੇ ਆਏ ਸ਼੍ਰੋਮਣੀ ਕਮੇਟੀ ਦੇ, ਕਈ ਮੈਨੇਜਰ ਆਏ, ਉਹਨਾਂ ਦੀਆਂ ਖੁਸ਼ਕੀਆਂ ਦੇਖ ਕੇ ਤੇ ਇਹ ਮਹਿਸੂਸ ਹੋਇਆ ਵੀ
ਇਹਨਾਂ ਨੇ ਸਾਡੇ ਲਈ ਕੀ ਕਰਨਾ। ਕਈ ਮੈਂਬਰ ਆ ਕੇ ਕਹਿੰਦੇ ਵੀ ਸਾਨੂੰ ਦੇ ਦੋ, ਸਾਡੇ ਘਰੇ ਰੱਖ ਲੈਂਦੇ, ਅਸੀਂ ਸੋਹਣੇ ਲੱਗਣਗੇ ਪਏ। ਤੇ ਕੱਲ ਵੀ ਕੋਈ ਸ਼ਖਸ ਮੈਨੂੰ ਮਿਲ ਕੇ ਗਏ ਇੱਥੇ, ਉਹ ਪੁਰਾਣੀਆਂ ਗੱਲਾਂ ਯਾਦ ਕਰ ਰਹੇ ਸੀਗੇ ਕਿ ਦੇਖੋ ਉਸ ਕਲਾ ਨੂੰ ਜਿਹਨੂੰ ਕਿ ਸਾਡੇ ਪੰਥ ਨੇ, ਸਾਡੇ ਪੰਥ ਦੀਆਂ ਵੱਡੀਆਂ ਜਿਹੜੀਆਂ ਸੰਸਥਾਵਾਂ ਨੇ ਇਹਨਾਂ ਨੇ ਪਛਾਣਨਾ ਸੀ, ਤੇ ਅੱਜ ਅੰਗਰੇਜ਼ ਪਛਾਣ ਰਹੇ, ਗੋਰੇ ਤੁਹਾਨੂੰ ਚੁੱਕ ਕੇ ਸਿੱਜਦਾ ਕਰ ਰਹੇ। ਲੇਕਿਨ ਜੇ ਗੱਲ ਕਰੀਏ ਅਪਰੋਚ ਦੀ, ਅਪਰੋਚ ਮੈਂ ਬਹੁਤ ਵਾਰੀ ਕੀਤੀ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਜਿਹੜੇ ਪਹਿਲਾਂ ਜਥੇਦਾਰ ਸਾਹਿਬ ਸੀਗੇ ਗਿਆਨੀ ਹਰਪ੍ਰੀਤ ਸਿੰਘ ਜੀ, ਉਹਨਾਂ ਨਾਲ ਵੀ ਮੈਂ ਅੱਧਾ ਘੰਟਾ ਬੈਠਾ। ਸ਼੍ਰੋਮਣੀ ਕਮੇਟੀ ਦੇ ਦਫ਼ਤਰ ਵੀ ਬੜੇ ਚੱਕਰ ਲਾਏ ਹੈ। ਗਿਆਨੀ ਗੁਰਬਚਨ ਸਿੰਘ ਜੀ ਵੀ ਪਹਿਲਾਂ ਜਿਹੜੇ ਹੁੰਦੇ ਸੀਗੇ 2011-12 ਚ, ਉਹਨਾਂ ਨਾਲ ਵੀ ਮਿਲੇ, ਤਕਰੀਬਨ ਸਾਰਿਆਂ ਨਾਲ ਮਿਲੇ। ਇਹਨਾਂ ਨੇ ਕਿਸੇ ਤਰ੍ਹਾਂ ਦਾ ਕੋਈ ਵਧੀਆ ਭਰਵਾਂ ਹੁੰਗਾਰਾ ਨਹੀਂ ਭਰਿਆ, ਨਾ ਐਪਰੀਸ਼ੀਏਟ ਨਹੀਂ ਕੀਤਾ। ਪਰ ਮੈਂ ਇੱਕ ਗੱਲ ਜ਼ਰੂਰ ਇੱਥੇ ਕਹਿਣਾ ਚਾਹੂੰਗਾ ਸਿੱਖ ਸੰਗਤ ਨੂੰ ਤੇ ਵੱਡੇ ਅਦਾਰਿਆਂ ਨੂੰ, ਕਿਉਂਕਿ ਉਹ ਜ਼ਰੂਰ ਇਹਨਾਂ ਜਿਹੜੇ ਇੰਟਰਵਿਊ ਉਹਨਾਂ ਨੂੰ ਦੇਖਦੇ ਜ਼ਰੂਰ ਆ, ਪਰ ਅਣਗੋਲੇ ਕਰਦੇ। ਦੇਖੋ ਮੈਂ ਇੱਕ ਗੱਲ ਕਹਿੰਦਾ ਵੀ ਜਦੋਂ ਤੁਸੀਂ ਇਹ ਗੱਲ ਕਹਿੰਦੇ ਹੋ ਵੀ ਮੈਨੂੰ, ਕਈ ਲੋਕ ਕਹਿੰਦੇ ਵੀ ਤੁਸੀਂ, ਤੁਹਾਡੀ ਸਿੱਖ ਕੌਮ ਕਿਉਂ ਪੁੱਛੇ, ਸ਼੍ਰੋਮਣੀ ਕਮੇਟੀ ਨੇ ਤੁਹਾਡੇ ਤੋਂ ਕੀ ਲੈਣਾ, ਉਹਨਾਂ ਨੇ ਕਿਹੜਾ ਤੁਹਾਨੂੰ ਆਰਡਰ ਦਿੱਤਾ। ਮੈਨੂੰ ਇਹ ਗੱਲ ਦੱਸੋ ਕਿ ਅੱਜ ਲੋੜ ਨੀ ਗੀ ਬੱਚਿਆਂ ਨੂੰ? ਪੰਜਾਬ ਸਾਰਾ ਨਸ਼ੇ ਦੇ ਵਿੱਚ ਡੁੱਬ ਰਿਹਾ, ਪੰਜਾਬ ਦੇ ਵਿੱਚ ਲੋਕ ਪਤਿਤ ਹੋ ਰਹੇ ਹੈ, ਗੁਰਸਿੱਖੀ ਨੂੰ ਛੱਡ ਕੇ ਹੋਰ ਧਰਮਾਂ ਦੇ ਵੱਲ ਮੂੰਹ ਨੂੰ ਚੁੱਕ ਰਹੇ ਹੈ। ਕੀ ਅੱਜ ਲੋੜ ਨੀ ਕਿਸੇ ਚੰਗੇ ਕਲਾਕਾਰ ਨੂੰ, ਅਗਰ ਸ਼੍ਰੋਮਣੀ ਕਮੇਟੀਆਂ ਨੇ ਜਾਂ ਵੱਡੇ ਪੰਥਕ ਅਦਾਰਿਆਂ ਨੇ ਜਾਂ ਜਿਹੜੀਆਂ ਮੌਜੂਦਾ ਸਰਕਾਰਾਂ ਜਾਂ ਜਿਹੜੀਆਂ ਵੀ ਸਰਕਾਰਾਂ ਰਹਿ ਗਈਆਂ ਪਿਛਲੇ 20 ਸਾਲਾਂ ਚ, ਕੀ ਉਹਨਾਂ ਦਾ ਫਰਜ਼ ਨੀ ਬਣਦਾ ਸੀ ਚੰਗੇ ਕਲਾਕਾਰਾਂ ਨੂੰ, ਚੰਗੇ ਲਿਖਾਰੀਆਂ ਨੂੰ, ਚੰਗੇ ਜਿਹੜੇ ਖਿਡਾਰੀ ਆ ਜਾਂ ਚੰਗੇ ਲੋਕ ਇਤਿਹਾਸਕਾਰ ਹੈ ਉਹਨਾਂ ਨੂੰ ਸਾਂਭਿਆ ਜਾਵੇ? ਅਗਰ ਸਾਂਭਿਆ ਹੁੰਦਾ ਤੇ ਉਹਨਾਂ ਤੋਂ ਇੰਸਪਾਇਰ ਹੋ ਕੇ ਹਜ਼ਾਰਾਂ ਲੱਖਾਂ ਬੱਚੇ ਹੋਰ ਤਿਆਰ ਹੋਣ ਕਿ ਬਈ ਚੰਗੇ ਕੰਮ ਦੇ ਵਿੱਚ ਪਵਾਂਗੇ, ਚੰਗੀ ਸਾਡੇ ਮਾਣਤਾਣ ਹੋਏਗਾ, ਸਾਨੂੰ ਵੀ ਸਤਿਕਾਰ ਮਿਲੇਗਾ, ਚੰਗੀ ਕਿਰਤ ਵੱਲ ਜੁੜਾਂਗੇ, ਨਾਲੇ ਸਿੱਖ ਪੰਥ ਦਾ ਨਾਮ ਰੋਸ਼ਨ ਕਰਾਂਗੇ। ਲੇਕਿਨ ਉਹਨਾਂ ਨੇ ਆਪਣੀਆਂ ਜ਼ਿੰਮੇਦਾਰੀਆਂ ਨਹੀਂ ਸਾਂਭੀਆਂ। ਅਗਰ ਸਾਂਭੀਆਂ ਹੁੰਦੀਆਂ ਤੇ ਅੱਜ ਸਾਡੇ ਵਰਗੇ ਕਲਾਕਾਰਾਂ ਨੂੰ ਦੂਜੇ ਮੁਲਕਾਂ ਵੱਲ ਨਾ ਜਾਣਾ ਪੈਂਦਾ। ਦੂਜੀ ਗੱਲ, ਮੈਂ ਇਹਨਾਂ ਤਾਂ ਇਹ ਬਹੁਤ ਵਾਰੀ ਅਪਰੋਚ ਕੀਤੀ, ਇਹਨਾਂ ਨੇ ਕਿਸੇ ਤਰ੍ਹਾਂ ਦਾ ਕੋਈ ਪਰਵਾਹ ਗਾਰਾ ਕਦੇ ਨਹੀਂ ਦਿੱਤਾ। ਅਗਰ ਇਹਨਾਂ ਕੋਲ ਕੋਈ ਪ੍ਰੂਫ ਹੈਗਾ ਇਸ ਤਰ੍ਹਾਂ ਦਾ ਕਿ ਇਹਨਾਂ ਨੇ ਜੀ ਬਹੁਤ ਵਧੀਆ ਕੋਈ ਮਾਨ ਸਤਿਕਾਰ ਕੀਤਾ ਜਾਂ ਕਿਤੇ ਪੁੱਛਿਆ, ਤੇ ਗੁਰੂ ਰਾਮਦਾਸ ਪਾਤਸ਼ਾਹ ਦੇ ਦਰ ਤੇ ਜਾ ਕੇ ਮਾਫ਼ੀ ਮੰਗ ਲਾਂਗੇ ਜਾਂ ਉਹਨਾਂ ਨੂੰ ਜਾ ਕੇ ਮਿਲਾਂਗੇ। ਪਰ ਮੈਂ ਇੱਕ ਗੱਲ ਜ਼ਰੂਰ ਭਾਈ ਸਾਹਿਬ ਜੀ ਕਹਿਣਾ ਚਾਹੂੰਗਾ, ਅਜੋਕੇ ਸਮੇਂ ਦੇ ਵਿੱਚ ਬਹੁਤ ਲੋੜ ਹੈਗੀ ਆ ਸਿੱਖ ਪੰਥ ਨੂੰ, ਜਿਹੜੇ ਚੰਗੇ ਕਾਰਜ ਕਰਨ ਵਾਲੇ ਲੋਕਾਂ ਨੂੰ ਸਾਂਭਣ ਦੀ। ਬਿਲਕੁਲ ਗੁਰਪ੍ਰੀਤ ਸਿੰਘ, ਕਾਰਨ ਕੀ ਸਮਝਦੇ ਹੋ? ਕਿਉਂਕਿ ਸਿੱਖਾਂ ਦੀ ਸਰਮੋਹ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਕਿ ਉਹ ਸਿੱਖੀ ਦਾ ਪ੍ਰਚਾਰ ਕਰ ਰਹੀ ਹੈ ਕਿ ਗੁਰਪ੍ਰੀਤ ਸਿੰਘ ਦੀ ਕਲਾ ਨੂੰ ਉਹ ਪਛਾਣ ਨਹੀਂ ਸਕੀ, ਜਾਂ ਕਾਰਨ ਕੀ ਸਮਝਦੇ ਹੋ? ਕਿਉਂਕਿ ਅੱਜ ਕੱਲ ਆਪਾਂ ਦੇਖਦੇ ਹਾਂ ਵੀ ਜਿਸ ਤਰ੍ਹਾਂ ਹਰ ਇੱਕ ਜਿਹੜਾ ਸਿੱਖ ਭਾਈਚਾਰੇ ਨੂੰ ਸਨਮਾਨ ਕੀਤਾ ਜਾਂਦਾ ਕਿ ਗੁਰਪ੍ਰੀਤ ਸਿੰਘ ਦੀ ਇੰਨੀ ਕਲਾ ਹੈ, ਦੇਸ਼ਾਂ ਵਾਲੇ ਲੋਕ ਜਿਹੜਾ ਉਹਨੂੰ ਪੁੱਛ ਰਹੇ ਨੇ, ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਨ ਕੀ ਹੈ, ਇਹਦੇ ਵਿੱਚ ਵਜ੍ਹਾ ਕੀ ਹੈ, ਕੀ ਕਾਰਨ ਸਮਝਦੇ ਹੋ? ਹੁਣ ਭਾਈ ਸਾਹਿਬ ਜੀ ਮਾਫ਼ ਕਰਨਾ, ਹੁਣ ਕਈ ਲੋਕ ਨਾ ਇੱਥੇ ਕਮੈਂਟ ਕਰਨਗੇ, ਪਰ ਗੱਲ ਨੂੰ ਬੜੀ ਬਰੀਕੀ ਨਾਲ ਸੁਣਿਓ। ਮੈਂ ਤੁਹਾਨੂੰ ਬੜੀ ਇੱਕ ਨਵੀਂ ਜੀ ਰੀਸੈਂਟਲੀ ਗੱਲ ਸੁਣਾਉਣਾ। ਆ ਬੀਤੇ ਦਿਨੀ ਹਾਕੀ ਦੀ ਟੀਮ ਕੁਛ ਜਿੱਤ ਕੇ ਆਈ ਹੈ ਨਾ ਕੋਈ ਗੇਮ, ਤੇ ਉਹਨਾਂ ਨੂੰ ਦਰਬਾਰ ਸਾਹਿਬ ਆ ਕੇ ਜਦੋਂ ਨਤਮਸਤਕ ਹੁੰਦੇ ਆ ਤੇ ਸਾਰਿਆਂ ਨੂੰ ਸਨਮਾਨਿਤ ਕੀਤਾ ਜਾਂਦਾ, ਦਸਤਾਰਾਂ ਸਜਾਈਆਂ ਗਈਆਂ। ਹੁਣ ਇੱਥੇ ਇੱਕ ਚੀਜ਼ ਦੇਖਿਓ ਤੁਸੀਂ, ਗੌਰ ਕਰਨ ਵਾਲੀ ਹੈ ਵੀ ਸਾਰੇ ਹਾਕੀ ਪਲੇਅਰ, ਕੋਈ ਪਤਾ ਨੀ ਇੱਕ ਦੋ ਹੋਣਗੇ ਕਿ ਦਸਤਾਰ ਸਜਾਉਂਦੇ ਕਿ ਨਹੀਂ ਸਜਾਉਂਦੇ, ਪਰ ਅੰਮ੍ਰਿਤਧਾਰੀ ਸਾਬਤ ਸੂਰਤ ਕੋਈ ਵੀ ਨਹੀਂ ਹੁੰਦਾ। ਹੁਣ ਲੋਕ ਇੱਥੇ ਕਹਿਣਗੇ ਤੁਸੀਂ ਜੈਲਸ ਕਰਦੇ ਉਹਨਾਂ ਤੋਂ, ਮੈਂ ਜੈਲਸ ਨਹੀਂ ਕਰ ਰਿਹਾ, ਪਰ ਜੇ ਤੁਸੀਂ ਸਿੱਖੀ ਸਿਧਾਂਤਾਂ ਦੇ ਹਿਸਾਬ ਨਾਲ, ਗੁਰਮਤ ਦੇ ਹਿਸਾਬ ਨਾਲ ਦੇਖੀਏ ਤੇ ਉਹਨਾਂ ਨੂੰ ਫਟਾਫਟ ਲਿਆ ਕੇ ਫਟਾਫਟ ਦਸਤਾਰਾਂ ਸਿਰ ਤੇ, ਭਾਵੇਂ ਉਹ ਜਿਹੋ ਜਿਹੇ ਵੀ ਸਰੂਪ ਦੇ ਵਿੱਚ ਹੈਗੇ, ਜਿਹੋ ਜਿਹਾ ਵੀ ਉਹਨਾਂ ਦਾ ਰੂਪ ਰੰਗ ਹੈ, ਦਸਤਾਰਾਂ ਸਜਾਤੀਆਂ, ਮੈਨੂੰ ਦਸਤਾਰਾਂ ਬੰਨਣ ਤੋਂ ਨਹੀਂ ਨਫ਼ਰਤ, ਫਟਾਫਟ ਸਜਾ ਕੇ ਸ਼੍ਰੋਮਣੀ ਕਮੇਟੀ ਬੜਾ ਮਾਣ ਮਹਿਸੂਸ ਕਰਦੀ ਹੈ ਵੀ ਇਹ ਜੀ ਕੱਪ ਜਿੱਤ ਕੇ ਆਏ, ਇਹਨਾਂ ਨੂੰ ਸਨਮਾਨ ਕਰੋ, ਹਨਾ। ਭਾਵੇਂ ਉਹ ਸਿੱਖੀ ਸਰੂਪ ਚ ਹੈ, ਉਹਨਾਂ ਨੇ ਕੀ ਕੌਮ ਦਾ ਕੋਈ ਸਿੱਖ ਧਰਮ ਦਾ ਪ੍ਰਚਾਰ ਕਰਤਾ, ਉਹ ਕੀ ਗੁਰੂ ਨਾਨਕ ਸਾਹਿਬ ਜੀ ਦੀ ਸਿੱਖੀ ਦਾ ਪ੍ਰਚਾਰ ਕਰਕੇ ਆਏ ਹੈ? ਸਜਾਈਆਂ ਤਾਂ ਸਿਰ ਤੇ ਦਸਤਾਰਾ ਹੀ ਹੈ ਨਾ, ਉਹ ਵੀ ਇੱਥੇ ਆ ਕੇ।
ਸ੍ਰੀ ਦਰਬਾਰ ਸਾਹਿਬ ਜਦੋਂ ਮੱਥਾ ਟੇਕਦੇ ਹੈ ਤੇ ਜਿਹੜਾ ਕੋਈ ਸਾਬਤ ਸੂਰਤ ਗੁਰਸਿੱਖ, ਮੈਂ ਨੀ ਹਜ਼ਾਰਾਂ ਸਾਡੇ ਵਰਗੇ ਜਿਹੜੇ ਚੰਗਾ ਪ੍ਰਚਾਰ ਕਰ ਰਹੇ, ਉਹਨਾਂ ਨੂੰ ਇਹਨਾਂ ਤੋਂ ਸਾਂਭਿਆ ਨੀ ਜਾਂਦਾ। ਠੀਕ ਹੈ। ਦੂਜੀ ਗੱਲ, ਹੋਰ ਧਰਮਾਂ ਵੱਲ ਲੋਕ ਮੂੰਹ ਚੁੱਕਰੇ ਫਿਰ ਕਹਿੰਦੇ ਜੀ ਇਹ ਕੱਚੇ ਇਹ ਪੱਕੇ। ਗੱਲ ਇਹ ਹੈ, ਜੇ ਚੰਗਾ ਕਾਰਜ ਕਰਨ ਵਾਲੇ ਨੂੰ ਇਹਨਾਂ ਨੇ ਸਾਂਭਿਆ ਹੁੰਦਾ ਤੇ ਅੱਜ ਲੋਕ ਇਹਨਾਂ ਨੂੰ ਇਸ ਤਰ੍ਹਾਂ ਦੇ ਕਮੈਂਟ ਨਾ ਕਰਨ। ਦੂਸਰੀ ਗੱਲ, ਲੋਕ ਜਿਹੜੇ ਦੂਜੇ ਹੋਰ ਸਟੇਟਾਂ ਦੇ ਵਿੱਚ ਹੋਰ ਮੁਲਕਾਂ ਚ ਭੱਜ ਰਹੇ ਫਿਰ ਕਹਿੰਦੇ ਤੁਹਾਨੂੰ ਆਪਣੇ ਪੰਜਾਬ ਦੀ ਕਦਰ ਨੀ। ਅੱਜ ਸਾਡੀ ਗੁਰੂ ਰਾਮਦਾਸ ਪਾਤਸ਼ਾਹ ਦੀ ਨਗਰੀ ਹੈ, ਕਿਹੜਾ ਦੁਨੀਆਂ ਦਾ ਸਿੱਖ ਹੈ ਜਿਹਨੂੰ ਪਿਆਰ ਨਹੀਂ? ਸਾਨੂੰ ਪਿਆਰ ਹੈ, ਸਾਡੇ ਪਰਿਵਾਰ ਇੱਥੇ ਰਹਿੰਦੇ, ਸਾਡੇ ਮਾਤਾ ਪਿਤਾ ਇੱਥੇ ਰਹਿੰਦੇ, ਸਾਡੇ ਗੁਰੂਆਂ ਦੀ ਧਰਤੀ ਇਹ। ਲੇਕਿਨ ਉਹ ਸਿਰਮੋਰ ਸੰਸਥਾਵਾਂ, ਉਹ ਸਰਕਾਰਾਂ ਜਿਨ੍ਹਾਂ ਦਾ ਜੋ ਫਰਜ਼ ਬਣਦਾ ਉਹ ਉਹਨਾਂ ਨੂੰ ਨਿਭਾਉਣਾ ਚਾਹੀਦਾ ਹੈ, ਜੋ ਮੇਰੇ ਖਿਆਲ ਨਾਲ ਤਾਂ ਨਹੀਂ ਨਿਭਾਇਆ। ਗੁਰਪ੍ਰੀਤ ਸਿੰਘ ਜੀ, ਕਿਵੇਂ ਸਬੱਬ ਬਣਦਾ ਵਿਦੇਸ਼ਾਂ ਦੀ ਧਰਤੀ ਤੇ ਜਾਣ ਦਾ? ਅੱਜ ਤੋਂ ਤਕਰੀਬਨ 2 ਸਾਲ ਪਹਿਲਾਂ ਗੁਰੂ ਸਾਹਿਬ ਨੇ ਕਿਰਪਾ ਕੀਤੀ, ਗੁਰੂ ਰਾਮਦਾਸ ਪਾਤਸ਼ਾਹ ਨੇ, ਕਿ ਜਿਹੜੀ ਇਹ ਕਲਾ ਗੁਰੂ ਸਾਹਿਬ ਨੇ ਬਖਸ਼ੀ ਸੀਗੀ ਉਹਦਾ ਕੋਈ ਮੁੱਲ ਪਿਆ, ਕਿ ਕੈਨੇਡਾ ਨੇ ਮੈਨੂੰ ਡਾਇਰੈਕਟ ਮੇਰੇ ਸਾਰੇ ਪਰਿਵਾਰ ਨੂੰ PR ਦਿੱਤੀ ਤੇ ਉੱਥੇ ਜਾ ਕੇ ਬੱਚੇ ਪੜ੍ਹਾਈ ਕਰ ਰਹੇ ਨੇ। ਅਸੀਂ ਵੀ ਆਪਣੇ ਕਿਰਤ ਦੇ ਨਾਲ ਜੁੜੇ ਹੋਏ ਹਾਂ, ਜਿੰਨਾ ਹੋ ਸਕਦਾ ਸਿੱਖ ਕੌਮ ਦੇ ਪ੍ਰਚਾਰ ਪ੍ਰਸਾਰ ਹੇਤ ਜਿੰਨੇ ਵੀ ਕਾਰਜ ਕਰੀਦੇ ਆ ਤਾਂ ਕੋਸ਼ਿਸ਼ ਕਰੀਦੀ ਕਿ ਸਿੱਖ ਕੌਮ ਦਾ ਪ੍ਰਚਾਰ ਹੋ ਸਕੇ, ਸਿੱਖ ਇਤਿਹਾਸ ਦੁਨੀਆਂ ਤਾਈਂ ਪਹੁੰਚ ਸਕੇ, ਰਹਿੰਦੇ ਸਵਾਸਾਂ ਤੱਕ। ਇਹੀ ਮੇਰੇ ਗੁਰੂ ਸਾਹਿਬ ਦੇ ਚਰਨਾਂ ਚ ਅਰਦਾਸ ਹੈ। ਤਾਂ ਉੱਥੇ ਰਹਿ ਰਹੇ ਹਾਂ ਤੇ ਨਾਲ ਹੀ ਬੀਤੇ 2-3 ਮਹੀਨੇ ਪਹਿਲਾਂ ਮੈਨੂੰ ਜਸਟਿਨ ਟਰੂਡੋ ਜੀ ਜਿਹੜੇ ਹੈਗੇ ਆ ਉੱਥੇ ਮਿਲਣ ਦਾ ਸਬੱਬ ਬਣਿਆ, ਕਿ ਮੈਨੂੰ ਪਾਰਲੀਮੈਂਟ ਤੋਂ ਇੱਕ ਈਮੇਲ ਆਉਂਦੀ ਹੈ ਕਿ ਤੁਸੀਂ ਇੱਥੇ ਵਿਸਾਖੀ ਈਵੈਂਟ ਤੇ ਪਾਰਲੀਮੈਂਟ ਦੇ ਵਿੱਚ ਇਨਵਾਈਟਿਡ ਹੈਗੇ ਹੋ। ਤੇ ਮੇਰੇ ਲਈ ਨੀ, ਹਰ ਇੱਕ ਦਸਤਾਰਦਾਰੀ ਸਿੱਖ ਲਈ, ਹਰ ਇੱਕ ਪੰਜਾਬੀ ਲਈ ਮਾਣ ਵਾਲੀ ਗੱਲ ਸੀਗੀ ਕਿ ਪਾਰਲੀਮੈਂਟ ਦੇ ਵਿੱਚ ਅਸੀਂ ਇਨਵਾਈਟਿਡ ਸੀਗੇ, ਅਸੀਂ ਉੱਥੇ ਪਾਰਲੀਮੈਂਟ ਚ ਗਏ ਹਾਂ। ਤੇ ਜਦੋਂ ਜਸਟਿਨ ਟਰੂਡੋ ਜੀ ਨੂੰ ਅਸੀਂ ਮਿਲਦੇ ਹਾਂ ਤੇ ਉਹ ਬਹੁਤ ਪਿਆਰ ਨਾਲ ਅਦਬ ਸਤਿਕਾਰ ਦੇ ਨਾਲ ਹੱਥ ਮਿਲਾ ਕੇ ਗਲੇ ਮਿਲਦੇ ਨੇ ਤੇ ਬਹੁਤ ਅਦਬ ਸਤਿਕਾਰ ਬਖਸ਼ਦੇ ਨੇ ਤੇ ਨਾਲ ਪੁੱਛਦੇ ਨੇ ਕਿ ਤੁਸੀਂ ਕਿੱਥੋਂ ਆਏ ਹੋ। ਤੇ ਜਦੋਂ ਮੈਂ ਦੱਸਦਾ ਮੈਂ ਗੁਰੂ ਰਾਮਦਾਸ ਪਾਤਸ਼ਾਹੀ ਨਗਰੀ ਤੋਂ, ਮੈਂ ਅੰਮ੍ਰਿਤਸਰ ਜਿੱਥੇ ਦਰਬਾਰ ਸਾਹਿਬ ਹੈ, ਤੇ ਉਹਨੇ ਪੰਜਾਬੀ ਚ ਬੋਲ ਕੇ ਉਹਨਾਂ ਨੇ ਕਿਹਾ ਵੀ ਹਾਂ ਦਰਬਾਰ ਸਾਹਿਬ, ਆਈ ਨੋ ਅਬਾਊਟ ਦੈਟ। ਤਾਂ ਉਹ ਲੋਕ ਪਛਾਣਦੇ ਆ ਕਦਰ ਨੂੰ ਤੇ ਉਹਨਾਂ ਨੇ ਉੱਥੋਂ ਦੇ ਜਿਹੜੇ ਹੋਰ ਇਮੀਗ੍ਰੇਸ਼ਨ ਮਿਨਿਸਟਰ ਹੈ ਮਾਰਕ ਮਿਲਰ ਜੀ, ਉੱਥੋਂ ਦੀ ਜਿੰਨੀ ਵੀ ਮਿਨਿਸਟਰੀ ਹੈ, ਮੈਂਬਰ ਆਫ ਪਾਰਲੀਮੈਂਟ ਜਿੰਨੇ ਵੀ, ਅਸੀਂ ਤਕਰੀਬਨ ਸਾਰਾ ਦਿਨ ਪਾਰਲੀਮੈਂਟ ਜਿਹੜੀ ਓਟਵਾ ਦੇ ਵਿੱਚ ਹੈਗੀ ਹੈ, ਪਾਰਲੀਮੈਂਟ ਹਿੱਲ ਦੇ ਅੰਦਰ ਰਹੇ ਹਾਂ ਤੇ ਸਾਰੀ ਮਿਨਿਸਟਰੀ ਨਾਲ ਮਿਲੇ ਹਾਂ। ਹਰ ਇੱਕ ਲੀਡਰ ਨੇ ਬਹੁਤ ਵਧੀਆ ਅਦਬ ਸਤਿਕਾਰ ਦੇ ਨਾਲ ਜਿਹੜਾ ਮਿਲ ਕੇ ਬਹੁਤ ਪਿਆਰ ਸਤਿਕਾਰ ਬਖਸ਼ਿਆ। ਤੇ ਨਾਲ ਇਹ ਵੀ ਬੜੀ ਜਲਦੀ ਤੁਹਾਨੂੰ ਖੁਸ਼ਖਬਰੀ ਦੇਵਾਂਗੇ ਕਿ ਕੈਨੇਡਾ ਦੇ ਜਿਹੜੇ ਵੱਡੇ ਮਿਊਜ਼ੀਅਮ ਨੇ ਉੱਥੋਂ ਦੀ ਵੀ ਆਪਾਂ ਬੜੀ ਜਲਦੀ ਆਰਟਵਰਕ ਤਿਆਰ ਕਰਨ ਜਾ ਰਹੇ ਨੇ। ਉੱਥੋਂ ਦੇ ਗੋਰਿਆਂ ਦੇ ਅਜਾਇਬ ਘਰਾਂ ਦੇ ਵਿੱਚ ਵੀ ਮੇਰੀ ਪੂਰੀ ਕੋਸ਼ਿਸ਼ ਹੈ ਕਿ ਗੁਰੂ ਸਾਹਿਬ ਕਿਰਪਾ ਕਰਨ ਸਿੱਖ ਇਤਿਹਾਸ ਨਾਲ ਜੁੜੇ ਜਿਹੜੇ ਧਾਰਮਿਕ ਮਾਡਲ ਰੱਖੇ ਜਾਣਗੇ। ਉਹਦੇ ਨਾਲ ਹੀ ਮੈਂ ਤੁਹਾਨੂੰ ਜ਼ਿਕਰ ਕਰ ਦੇਵਾਂ ਕਿ ਬੀਤੇ 2-3 ਮਹੀਨੇ ਪਹਿਲਾਂ ਮੈਂ ਤੁਹਾਨੂੰ ਦੱਸਿਆ, ਜਿਸ ਤਰ੍ਹਾਂ ਮੈਂ ਆਸਟ੍ਰੇਲੀਆ ਟੂਰ ਤੇ ਸੀ, ਉੱਥੋਂ ਦੀਆਂ ਸੰਗਤਾਂ ਨੇ ਰਾਬਤਾ ਬਣਾਇਆ ਕਿ ਸ੍ਰੀ ਅਕਾਲ ਤਖਤ ਸਾਹਿਬ ਦਾ ਘੱਲੂਘਾਰੇ ਵਾਲਾ ਜਿਹੜਾ ਮਾਡਲ ਸਾਨੂੰ ਸੰਗਤਾਂ ਲੋਚਦੀਆਂ ਨੇ ਕਿ ਤੁਸੀਂ ਬਣਾਓ ਇੱਥੇ ਤੇ ਸੰਗਤਾਂ ਨੂੰ ਇੱਥੇ ਹਾਜ਼ਰੀ ਭਰੋ ਆ ਕੇ। ਗੁਰੂ ਸਾਹਿਬ ਨੇ ਇਹ ਵੀ ਤਰਸ ਕੀਤਾ ਤੇ ਮਾਡਲ ਤਿਆਰ ਕੀਤਾ। ਤੇ ਇੱਥੇ ਦੀਆਂ ਵੀ ਜਿਹੜੀਆਂ ਆਸਟ੍ਰੇਲੀਆ ਦੀਆਂ ਪਾਰਲੀਮੈਂਟਾਂ ਨੂੰ ਵੀ ਪਤਾ ਲੱਗਿਆ ਵੀ ਕੋਈ ਆਰਟਿਸਟ, 17 ਵਰਲਡ ਰਿਕਾਰਡ ਹੋਲਡਰ, 7 ਨੈਸ਼ਨਲ ਰਿਕਾਰਡ ਜਿਹਦੇ ਨਾਂ ਤੇ ਨੇ, ਉਹ ਇੱਥੇ ਪਹੁੰਚੇ ਹੋਏ ਨੇ ਤੇ ਉਹਨਾਂ ਨੇ ਵੀ ਇਨਵਾਈਟਿਡ ਕਰਕੇ 2 ਵਾਰੀ ਦਾਸ ਨੂੰ ਇਸ ਕਾਗਜ਼ ਦੀ ਕਲਾ ਦੇ ਨਾਲ ਜੁੜਨ ਕਰਕੇ, ਇਸ ਵਿਲੱਖਣ ਕਲਾ ਦੇ ਨਾਲ ਜੁੜਨ ਕਰਕੇ ਉਹਨਾਂ ਨੇ 2 ਵਾਰੀ ਪਾਰਲੀਮੈਂਟ ਦੇ ਵਿੱਚ ਨਿਵਾਜਿਆ। ਉੱਥੋਂ ਦੇ ਟੂਰਿਜ਼ਮ ਮਿਨਿਸਟਰ, ਉੱਥੋਂ ਦੇ ਆਰਟ ਮਿਨਿਸਟਰ, ਮੈਂਬਰ ਆਫ ਪਾਰਲੀਮੈਂਟ ਸਾਰੇ ਬਹੁਤ ਪ੍ਰਭਾਵਿਤ ਹੋਏ। ਜਸਟਿਨ ਟਰੂਡੋ ਦੇ ਨਾਲ ਤੁਹਾਡੀ ਮੁਲਾਕਾਤ ਹੁੰਦੀ ਹੈ, ਇੱਕ ਪਾਸੇ ਦਲਜੀਤ ਦੋਸਾਂਝ ਦੀ ਮੁਲਾਕਾਤ ਹੁੰਦੀ ਹੈ, ਦਲਜੀਤ ਦੋਸਾਂਝ ਦੀ ਜਦੋਂ ਮੁਲਾਕਾਤ ਹੁੰਦੀ ਹੈ, ਜਦੋਂ ਜੱਫੀ ਪੈਂਦੀ ਹੈ ਤੇ ਕਹਿੰਦੇ ਆ ਸਿੱਖਾਂ ਦਾ ਬੜਾ ਨਾਮ ਉੱਚਾ ਕਰਤਾ, ਦੂਜੇ ਪਾਸੇ ਗੁਰਪ੍ਰੀਤ ਸਿੰਘ ਉਹ ਸਿੱਖੀ ਦਾ ਪ੍ਰਚਾਰ ਕਰ ਰਹੇ ਨੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਾ ਕੇ, ਇੱਥੇ ਦੀ ਸਿਰਮੌਰ ਸੰਸਥਾ ਜਿਹੜੀ ਆ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੁਛ ਨਹੀਂ ਰਹੀ, ਪਰ ਪੋਸਟਾਂ ਜ਼ਰੂਰ ਪਾ ਰਹੀ ਹੈ ਦਲਜੀਤ ਦੀਆਂ, ਉਸਨੂੰ ਕਿਸ ਤਰ੍ਹਾਂ ਦੇਖਦੇ ਹੋ ਸਭ ਜਿਹੜਾ ਪ੍ਰਚਾਰ ਕਰ ਰਿਹਾ
ਕੁਛ ਨਹੀਂ ਹੋ ਰਹੀ ਜਿਹੜਾ ਨਹੀਂ ਪ੍ਰਚਾਰੀਆਂ ਨੇ। ਮੈਂ ਮਾਫ ਕਰਨਾ ਇਸ ਗੱਲ ਤੇ ਨਾ ਇੱਕ ਵਿਚਾਰ ਰੱਖਣਾ ਚਾਹੂੰਗਾ ਕਿ ਲੋਕ ਨਾ ਆਪਣੇ ਖਾਸ ਕਰਕੇ ਮੈਨੂੰ ਲੱਗਦਾ ਪੰਜਾਬੀਆਂ ਦਾ ਵੀ ਕਈ ਵਾਰੀ ਮਾਫ ਕਰਨਾ ਕਈ ਵਾਰੀ ਐਂ ਲੱਗਦਾ ਉਹਨਾਂ ਨੂੰ ਵੀ ਬੜੀ ਉਹਨਾਂ ਨੂੰ ਨਫ਼ਰਤ ਹੋ ਜਾਂਦੀ ਗੱਲ ਤੋਂ ਵੀ ਤੁਸੀਂ ਦਿਲਜੀਤ ਬਾਰੇ ਐਵੇਂ ਕਿਵੇਂ ਕਹਿਤਾ, ਉਹਦੀ ਆਪਣੀ ਲਾਈਫ ਹੈ, ਉਹਨਾਂ ਨੇ ਸਿੱਖਾਂ ਦਾ ਨਾਮ ਰੋਸ਼ਨ ਕੀਤਾ ਤੇ ਕੀਤਾ। ਵੀ ਦੇਖੋ ਇੱਕ ਇਨਸਾਨ ਜੇ ਦਸਤਾਰ ਬੰਨੀ ਹੈ ਤੇ ਜੇ ਗੁਰੂ ਵਾਲਾ ਨਹੀਂ ਬਣਿਆ ਤੇ ਜੇ ਉੱਥੇ ਟਰੂਡੋ ਆ ਕੇ ਉਹਨਾਂ ਨੂੰ ਮਿਲ ਜਾਂਦੇ ਆ ਜਸਟਿਨ ਟਰੂਡੋ ਤੇ ਕਹਿੰਦੇ ਬਹੁਤ ਵੱਡਾ ਮਾਣ ਵਾਲੀ ਗੱਲ ਹੈ, ਚੱਲ ਠੀਕ ਹੈ ਮੈਂ ਵੀ ਕਹਿ ਦਿੰਦਾ ਬੜੇ ਮਾਣ ਵਾਲੀ ਗੱਲ ਹੈ, ਕੀ ਉੱਥੇ ਉਹ ਸਿੱਖ ਧਰਮ ਦਾ ਪ੍ਰਚਾਰ ਪ੍ਰਸਾਰ ਕਰਨ ਲਈ ਗਏ ਸੀ, ਕੋਈ ਉੱਥੇ ਦੀਵਾਨ ਸਜਾਏ ਗਏ ਸੀ ਧਾਰਮਿਕ, ਸਾਰੇ ਤਾਂ ਉਹਨਾਂ ਨੇ ਚਮਕੀਲੇ ਦੇ ਗਾਣੇ ਸੁਣਾਉਣੇ ਹੁੰਦੇ ਉੱਥੇ, ਤੇ ਲੋਕ ਇਸ ਚੀਜ਼ ਤੋਂ ਵੀ ਕਹਿੰਦੇ ਹੇਟ ਕਰਦੇ ਤੁਸੀਂ ਨਫ਼ਰਤ ਕਰਦੇ। ਮੈਂ ਦਿਲਜੀਤ ਤੋਂ ਨਫ਼ਰਤ ਨਹੀਂ ਕਰਦਾ, ਮੈਨੂੰ ਇਹ ਦੱਸੋ ਅਗਰ ਕੋਈ ਸਾਬਤ ਸੂਰਤ ਗੁਰਸਿੱਖ ਕੈਨੇਡਾ ਦੀ ਧਰਤੀ ਤੇ ਪਾਰਲੀਮੈਂਟ ਦੇ ਵਿੱਚ ਪ੍ਰਾਈਮ ਮਿਨਿਸਟਰ ਉਹਨਾਂ ਨੂੰ ਖੁਦ ਬੁਲਾ ਕੇ ਉਹਨਾਂ ਨੂੰ ਮਿਲਦੇ ਨੇ ਗਲੇ ਨਾਲ ਲਾਉਂਦੇ ਨੇ, ਉਹ ਮੇਰਾ ਮਾਣ ਨਹੀਂ ਵਧਾਇਆ ਉਹਨਾਂ ਨੇ, ਪੂਰੇ ਸਿੱਖਾਂ ਦਾ ਪੂਰੇ ਪੰਜਾਬੀਆਂ ਦਾ ਮਾਣ ਵਧਾਇਆ। ਮਾਰਕ ਮਿਲਰ ਜੀ ਉੱਥੋਂ ਦੇ ਇਮੀਗ੍ਰੇਸ਼ਨ ਮਿਨਿਸਟਰ, ਸਾਰੀ ਮਿਨਿਸਟਰੀ ਮਿਲਦੀ ਹੈ, ਉੱਥੇ ਕਿਉਂ ਨੀ ਮਾਣ ਮਹਿਸੂਸ ਹੁੰਦਾ, ਇੱਥੇ ਕਿਉਂ ਨੀ ਸ਼੍ਰੋਮਣੀ ਕਮੇਟੀ ਦੀਆਂ ਪੋਸਟਾਂ ਪਾਉਂਦੀਆਂ ਕਿ ਸਾਡੀ ਗੁਰੂ ਦੀ ਨਗਰੀ ਦਾ, ਗੁਰੂ ਰਾਮਦਾਸ ਪਾਤਸ਼ਾਹ ਦੀ ਨਗਰੀ ਦਾ ਸਾਬਤ ਸੂਰਤ ਅੰਮ੍ਰਿਤਧਾਰੀ ਗੁਰਸਿੱਖ ਉੱਥੇ ਗਿਆ ਤੇ ਸਾਡਾ ਸਿੱਖਾਂ ਦਾ ਮਾਣ ਵਧਾਇਆ। ਇੱਥੇ ਸ਼੍ਰੋਮਣੀ ਕਮੇਟੀ ਨੂੰ, ਪੰਥਕ ਲੀਡਰਾਂ ਨੂੰ, ਪੰਥਕ ਸੰਸਥਾਵਾਂ ਨੂੰ ਕਿਉਂ ਨੀ ਇੱਥੇ ਇਸ ਚੀਜ਼ ਦਾ ਮਾਣ ਮਹਿਸੂਸ ਹੁੰਦਾ? ਚਲੋ ਦਿਲਜੀਤ ਦਾ ਵੀ ਕਰੀ ਜਾਓ ਤੁਸੀਂ ਮਾਣ ਮਹਿਸੂਸ, ਪਰ ਇੱਕ ਸਾਬਤ ਸੂਰਤ ਗੁਰਸਿੱਖ ਕਰਦਾ ਉਹ ਤੋਂ ਕਿਉਂ ਤੁਹਾਨੂੰ ਨਫ਼ਰਤ ਹੈ? ਮੇਰਾ ਸਵਾਲ ਇਹ ਹੈ, ਅਗਰ ਕੋਈ ਜਵਾਬ ਦੇਵੇ ਤਾਂ ਬੜੀ ਵਧੀਆ ਗੱਲ ਹੈ। ਬਿਲਕੁਲ, ਵਰਲਡ ਰਿਕਾਰਡ ਦੀ ਗੱਲ ਕੀਤੀ ਜਾਵੇ, ਕਹਿੰਦੇ ਤਕਰੀਬਨ ਤੁਸੀਂ 17 ਦੇ ਕਰੀਬ ਜਿਹੜੇ ਨੇ ਉਹ ਵਰਲਡ ਰਿਕਾਰਡ ਬਣਾਏ ਨੇ, ਕਿਹੜੇ ਕਿਹੜੇ ਰਿਕਾਰਡ ਨੇ ਥੋੜੀ ਜਾਣਕਾਰੀ ਕਰੋ। ਬਿਲਕੁਲ ਜੀ, ਜਿਨ੍ਹਾਂ ਦੇ ਵਿੱਚੋਂ ਮੈਂ ਤੁਹਾਨੂੰ ਦੱਸਾਂ, ਜਿਵੇਂ ਦੁਨੀਆਂ ਦੀ ਸਭ ਤੋਂ ਛੋਟੀ 1 ਇੰਚ ਦੀ ਦਸਤਾਰ ਹੈ, ਜਿਸ ਤਰ੍ਹਾਂ 9 ਹੈ, 9 ਦੇ ਉੱਤੇ ਰੱਖੀ ਜਾ ਸਕਦੀ ਹੈ, ਇੰਨੀ ਬਰੀਕ ਛੋਟੀ ਬਣੀ ਹੋਈ ਹੈ, ਉਸ ਤਰ੍ਹਾਂ ਹੀ ਪੂਣੀ ਕਰਕੇ ਬਣਾਈ ਸੀ, ਸਭ ਤੋਂ ਪਹਿਲਾਂ 2012 ਦੇ ਵਿੱਚ ਤਿਆਰ ਹੋਈ ਸੀ। ਉਹਦੇ ਨਾਲ ਨਾਲ ਹੀ ਲੋਹੇ ਦੇ ਕਿੱਲਾਂ ਨਾਲ ਪੋਰਟਰੇਟ ਬਣਾਏ, ਜਿਹੜੇ ਦੁਨੀਆਂ 'ਚ ਇਸ ਤੋਂ ਪਹਿਲਾਂ ਕਦੇ ਕਿਸੇ ਨੇ ਨਹੀਂ ਬਣਾਏ ਸੀ, ਆਇਰਨ ਨੇਲ ਪੋਰਟਰੇਟ ਕੈਟੇਗਰੀ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਪੋਰਟਰੇਟ ਬਣਾਏ ਸੀਗੇ। ਦੁਨੀਆਂ ਦੀ ਸਭ ਤੋਂ ਵੱਡੀ ਦਸਤਾਰ ਆਪਾਂ ਬਣਾਈ ਸੀ 6 ਫੁੱਟ ਦੀ, ਸਭ ਤੋਂ ਪਹਿਲਾਂ ਉਸ ਵੇਲੇ 2010-11 ਦੇ ਵਿੱਚ। ਦੁਨੀਆਂ ਦੇ 7 ਜੁਪਿਆਂ ਦੇ ਮਾਡਲ ਪੇਪਰ ਆਰਟ ਨਾਲ ਇਸ ਤੋਂ ਪਹਿਲਾਂ ਕਿਸੇ ਨੇ ਨਹੀਂ ਬਣਾਏ ਸੀਗੇ। ਦੁਨੀਆਂ ਦਾ ਸਭ ਤੋਂ ਵੱਡਾ ਪੇਪਰ ਨਾਲ ਬਣਿਆ ਹੋਇਆ ਕੋਇਨ ਕਿਸੇ ਨੇ ਨਹੀਂ ਬਣਾਇਆ। 400 ਸਾਲ ਪੁਰਾਣਾ ਸ੍ਰੀ ਦਰਬਾਰ ਸਾਹਿਬ ਜੀ ਦਾ ਮਾਡਲ, ਜੋ ਕਿ ਜਿਸ ਵੇਲੇ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਦਾ ਦਰ ਤਿਆਰ ਹੋਇਆ ਸੀਗਾ ਸ੍ਰੀ ਦਰਬਾਰ ਸਾਹਿਬ, ਸਰੋਵਰ ਦੀ ਪਰਿਕਰਮਾ ਕੱਚੀ ਹੋਇਆ ਕਰਦੀ ਸੀਗੀ ਤੇ ਆਸ ਪਾਸ ਵੀ ਸਾਰਾ ਕੱਚਾ ਮਾਹੌਲ ਸੀਗਾ, ਸਰੋਵਰ ਵੀ ਕੱਚਾ ਸੀਗਾ। ਉਹ ਸੋਨਾ ਚੜ੍ਹਨ ਤੋਂ ਪਹਿਲਾਂ ਦਾ ਸ੍ਰੀ ਦਰਬਾਰ ਸਾਹਿਬ ਦੇ ਮਾਡਲ ਗੁਰੂ ਸਾਹਿਬ ਨੇ ਕਿਰਪਾ ਕੀਤੀ ਬਣਾਇਆ, ਉਹ ਵੀ ਆਸਟ੍ਰੇਲੀਆ ਬੁੱਕ ਆਫ ਰਿਕਾਰਡ, ਵਰਲਡ ਬੁੱਕ ਆਫ ਰਿਕਾਰਡ ਵੱਲੋਂ ਦਰਜ ਕਰਕੇ ਨਿਵਾਜਿਆ ਗਿਆ। ਇਸ ਤਰ੍ਹਾਂ ਅਲੱਗ ਅਲੱਗ ਕੈਟੇਗਰੀ ਦੀਆਂ ਦੇ ਵਿੱਚ ਕਾਫੀ ਸਾਰੇ ਵਰਲਡ ਰਿਕਾਰਡ ਮਿਲੇ ਨੇ, ਜਿਹੜੇ ਕਿ ਮੈਨੂੰ ਲੱਗਦਾ ਸਿੱਖ ਪੰਥ ਨੂੰ ਸਮਰਪਿਤ ਨੇ। ਇਹ ਮੇਰੇ ਨਹੀਂ ਅਵਾਰਡ, ਇਹ ਦਸਤਾਰਧਾਰੀ, ਜਦੋਂ ਸਿੱਖ ਦੀ ਚਰਚਾ ਅੰਗਰੇਜ਼ ਗੋਰੇ ਕਰਦੇ ਆ ਪਾਰਲੀਮੈਂਟਾਂ ਦੇ ਵਿੱਚ, ਜਦੋਂ ਮੈਨੂੰ ਆਸਟ੍ਰੇਲੀਆ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਅੰਗਰੇਜ਼ਾਂ ਨੇ ਕਿਹਾ ਵੀ ਬੜੇ ਮਾਣ ਵਾਲੀ ਗੱਲ ਸੀ ਮੇਰੇ ਲਈ, ਵੀ ਸਿੱਖਾਂ ਲਈ ਵੀ ਮਾਣ ਵਾਲੀ ਗੱਲ ਹੈ, ਜਦੋਂ ਉਹ ਕਹਿੰਦੇ ਕਿ ਅਸੀਂ ਚਾਹੁੰਦੇ ਹਾਂ ਤੁਸੀਂ ਹੋਰ ਕੁਛ ਚਿਰ ਰੋਕ ਕੇ ਸਾਡੇ ਇੱਥੇ ਜਿਹੜੇ ਅੰਗਰੇਜ਼ਾਂ ਦੇ ਮਿਊਜ਼ੀਅਮ ਹੈ, ਸਾਡੇ ਇਮੀਗ੍ਰੇਸ਼ਨ ਮਿਊਜ਼ੀਅਮ ਤੇ ਸੈਂਟਰਲ ਮਿਊਜ਼ੀਅਮ ਮੈਲਬਰਨ ਦਾ, ਕੀ ਤੁਸੀਂ ਇੱਥੇ ਸਾਨੂੰ ਆਰਟਵਰਕ ਬਣਾ ਕੇ ਦਿਓਗੇ? ਤੇ ਮੈਂ ਹੁਣ ਬੜੀ ਜਲਦੀ ਉਹਨਾਂ ਨੂੰ ਪ੍ਰੈਜੈਂਟੇਸ਼ਨ ਦਿੱਤੀ ਹੈ, ਬੜੀ ਜਲਦੀ ਗੁਰੂ ਸਾਹਿਬ ਕਿਰਪਾ ਕਰਨ ਤੇ ਅੰਗਰੇਜ਼ਾਂ ਦੇ ਅਜਾਇਬ ਘਰਾਂ ਤੇ ਵੀ ਸੁਸ਼ੋਭਿਤ ਹੋਣਗੇ। ਕੀ ਉਹ ਆਰਟ ਅੰਗਰੇਜ਼ ਜਿਹਦੀ ਕਦਰ ਕਰ ਰਹੇ ਹੈ, ਕੀ ਸਾਡੇ ਸਿੱਖਾਂ ਨੂੰ ਉਸਦੀ ਕਦਰ ਨਹੀਂ? ਇਹ ਮੇਰਾ ਸਵਾਲ। ਬਿਲਕੁਲ, ਤੇ ਗੁਰਪ੍ਰੀਤ ਸਿੰਘ ਬੜੇ ਕਹਿੰਦਾ ਚਰਚਾ ਕਰ ਰਹੀਆਂ ਨੇ, ਕਹਿੰਦੇ ਗੁਰਪ੍ਰੀਤ ਸਿੰਘ ਨੂੰ ਸਿੱਧਾ ਜਿਹੜੀ ਆ ਪੀਆਰ ਜਿਹੜੀ ਆ ਉਹ ਡਾਇਰੈਕਟ ਮਿਲੀ ਆ, ਕਿਉਂਕਿ ਪੀਆਰ ਦੇ ਲੈਣ ਦੇ ਲਈ ਜਿਹੜਾ ਬੜਾ ਜਿਹੜਾ ਮਿਹਨਤ ਕਰਨੀ ਪੈਂਦੀ ਆ, ਉੱਥੇ ਜਿਹੜਾ ਵਰਕ ਕਰਨਾ ਪੈਂਦਾ, ਰਹਿਣਾ ਪੈਂਦਾ, ਘਰ ਵਸਾਉਣਾ ਪੈਂਦਾ, ਉਸ ਤੋਂ ਬਾਅਦ ਪੜ੍ਹਾਈ ਕਰਨੀ ਪੈਂਦੀ ਹੈ। ਕਹਿੰਦੇ ਤੁਹਾਡੇ ਜਸਟਿਨ ਟਰੂਡੋ ਦੇ ਮੁਲਾਕਾਤ ਹੁੰਦੀ ਹੈ, ਮੁਲਾਕਾਤ ਤੋਂ ਬਾਅਦ ਜਿਹੜਾ ਜਦੋਂ ਤੁਸੀਂ ਮਾਡਲ ਦਿਖਾਉਂਦੇ ਹੋ ਤਾਂ ਇੰਨੇ ਪ੍ਰਭਾਵਿਤ ਹੁੰਦੇ ਨੇ, ਤੁਹਾਨੂੰ ਡਾਇਰੈਕਟ ਪੀਆਰ ਦਿੱਤੀ ਜਾਂਦੀ ਹੈ, ਅਜਿਹਾ ਕਿ ਗੁਰੂ ਰਾਮਦਾਸ ਦੀ ਜਿਹੜੀ ਆ ਬਖਸ਼ਿਸ਼ ਵਰਤੀ ਜਾਂਦੀ ਹੈ, ਜਾਂ ਕੀ ਕਹਿਣਾ ਚਾਹੁੰਦੇ?
ਹਾਂਜੀ, ਮੈਂ ਇਹਦੇ ਬਾਰੇ ਥੋੜਾ ਕਲੀਅਰ ਕਰ ਦਵਾਂ। ਥੋੜਾ ਜਿਹਾ ਕਈ ਲੋਕਾਂ ਨੂੰ ਇਹ ਲੱਗਦਾ ਵੀ ਜਦੋਂ ਜਸਟਿਨ ਟਰੂਡੋ ਸਾਹਿਬ ਨੂੰ ਮਿਲਦੇ ਆ ਤੇ ਉਹਦੇ ਬਾਅਦ ਪੀਆਰ ਮਿਲਦੀ ਹੈ। ਪੀਆਰ ਸਾਨੂੰ 2 ਸਾਲ ਪਹਿਲਾਂ ਮਿਲ ਗਈ ਸੀ, ਜਸਟਿਨ ਟਰੂਡੋ ਸਾਹਿਬ ਨੂੰ ਮੈਂ ਤਕਰੀਬਨ 4-5 ਮਹੀਨੇ ਪਹਿਲਾਂ ਮਿਲਿਆ। ਪੀਆਰ ਅਸੀਂ ਡਾਇਰੈਕਟ ਹੀ ਘਰੋਂ ਹੀ ਪੀਆਰ ਗਏ ਹਾਂ ਜੀ, ਗੁਰੂ ਸਾਹਿਬ ਨੇ ਕਿਰਪਾ ਕੀਤੀ। ਇਸ ਕਲਾ ਦਾ ਮੁੱਲ ਪਿਆ, ਜਿਹਨੂੰ ਕਈ ਕਹਿੰਦੇ ਨਾ ਵੀ ਕੋਈ ਤਾਂ ਟਾਈਮ ਆਉਂਦਾ ਹੀ, ਪੁਰਾਣੇ ਬਜ਼ੁਰਗ ਵੀ ਕਹਿੰਦੇ ਵੀ ਕਲਾ ਦਾ ਮੁੱਲ ਜ਼ਰੂਰ ਪੈਂਦਾ, ਤੇ ਸੈਂਕੜਿਆਂ ਦੇ ਹਿਸਾਬ ਨਾਲ ਮੈਨੂੰ ਅੱਜ ਦੇ ਟਾਈਮ ਤੇ ਯਾਦ ਕਰਨਾ ਪਊਗਾ ਕਿ ਮੈਂ ਕਿੰਨੇ ਮਾਡਲ ਬਣਾਏ ਆ। 40-40 ਫੁੱਟ ਹਾਈਟ ਦੇ ਮਾਡਲ ਬਣਾਏ ਆ, ਫਾਈਬਰ ਦੇ ਨਾਲ, ਵੁੱਡ ਦੇ ਨਾਲ। ਹੁਣ ਜਿਹੜੇ ਵੱਖ ਵੱਖ ਮੁਲਕਾਂ ਦੇ ਵਿੱਚ ਅਜਾਇਬ ਘਰਾਂ ਚ ਮਾਡਲ ਬਣਾ ਕੇ ਰੱਖੀ ਦੇ ਆ ਨਗਰ ਕੀਰਤਨਾਂ ਦੇ ਲਈ, ਉਹ MDF ਦੇ ਨਾਲ, ਫਾਈਬਰ ਦੇ ਨਾਲ, ਸੋਲਿਡ ਵੁੱਡ ਨਾਲ, ਜਿਹੜੇ 100-100 ਸਾਲ 50-50 ਸਾਲ ਖਰਾਬ ਨਹੀਂ ਹੋਣਗੇ। ਤਾਂ ਇਸ ਤਰ੍ਹਾਂ ਜਿਹੜੀ ਹੈਗੀ ਹੈ ਉਸ ਕਲਾ ਨੂੰ ਉਹਨਾਂ ਨੇ ਪਿਆਰ ਦਿੱਤਾ, ਪਰ ਉਹਨਾਂ ਨੇ ਉਸ ਵੇਲੇ ਪੀਆਰ ਨਹੀਂ ਦਿੱਤੀ। ਪੀਆਰ 2 ਸਾਲ ਪਹਿਲਾਂ ਹੋ ਚੁੱਕੀ ਸੀ, ਲੇਕਿਨ ਪਿਆਰ ਇੰਨਾ ਕੁ ਦਿੱਤਾ ਕਿ ਜਿਹੜੀ ਆ ਕਲਾ ਹੈਗੀ ਹੈ ਜਿਹਦੇ ਬਦੌਲਤ ਤੁਸੀਂ ਇੱਥੇ ਪਹੁੰਚੇ ਹੋ, ਅਸੀਂ ਚਾਹੁੰਦੇ ਹਾਂ ਕਿ ਕੈਨੇਡਾ ਦੇ ਵੱਖ ਵੱਖ ਮਿਊਜ਼ੀਅਮਸ ਦੇ ਵਿੱਚ, ਅੰਗਰੇਜ਼ਾਂ ਦੇ ਮਿਊਜ਼ੀਅਮ 'ਚ ਇਹਨੂੰ ਰੱਖਿਆ ਜਾਵੇ। ਤੇ ਬਹੁਤ ਜ਼ਿਆਦਾ ਸਤਿਕਾਰ ਦਿੱਤਾ, ਖਾਸ ਕਰਕੇ ਇਸ ਕਰਕੇ ਜ਼ਿਆਦਾ ਸਤਿਕਾਰ ਦਿੱਤਾ ਕਿ ਤੁਸੀਂ ਇੱਕ ਸਿੱਖ ਆਰਟਿਸਟ ਹੋ। ਉਹਦੇ ਨਾਲ ਹੀ ਮੈਂ ਇੱਕ ਗੱਲ ਨੂੰ ਥੋੜ੍ਹਾ ਮੈਂ ਦੱਸ ਦਵਾਂ ਕਿ ਜਸਟਿਨ ਟਰੂਡੋ ਜੀ, ਜਿਨ੍ਹਾਂ ਨੂੰ ਇੱਕ ਝਲਕ ਪਾਉਣ ਨੂੰ ਵੀ ਦੁਨੀਆਂ ਤਰਸਦੀ ਹੈ, ਉਹਨਾਂ ਨੇ ਜਿੱਦਣ ਅਸੀਂ ਮਿਲ ਕੇ ਆਏ ਸਾਰਾ ਪਰਿਵਾਰ, ਅਗਲੇ ਦਿਨ ਇੱਕ ਪੋਸਟ ਪਾਉਂਦੇ ਆ ਆਪਣੇ ਇੰਸਟਾਗ੍ਰਾਮ ਤੇ, ਫੇਸਬੁੱਕ ਤੇ, ਟਵਿੱਟਰ ਤੇ, ਜਿਹਦੇ ਨਾਲ ਉਹਨਾਂ ਨੇ ਮੈਨੂੰ ਉਹ ਹੱਥ ਮਿਲਾਉਂਦੇ ਦਿਖਾਇਆ ਕਿ ਮੈਨੂੰ ਬੜੀ ਖੁਸ਼ੀ ਹੋਈ ਕਿ ਇਹਨਾਂ ਨੂੰ ਮਿਲ ਕੇ। ਬੜੀ ਵੱਡੀ ਗੱਲ ਇਹ ਹੈ ਸਾਰੇ ਸਿੱਖਾਂ ਵਾਸਤੇ, ਪੰਜਾਬੀਆਂ ਵਾਸਤੇ, ਕਿ ਉਹਨਾਂ ਨੇ ਮੇਰੇ ਨਾਲ ਨੀ ਹੱਥ ਮਿਲਾਇਆ ਉੱਥੇ, ਮੈਨੂੰ ਨੀ ਸਮਾਈਲ ਦੇ ਰਹੇ, ਪਿਆਰ ਦੇ ਰਹੇ, ਉਹ ਸਾਰੇ ਪੰਜਾਬੀਅਤ ਨੂੰ ਸਿੱਖਾਂ ਨੂੰ ਦੇ ਰਹੇ। ਇਹ ਮਾਣ ਵਾਲੀ ਗੱਲ ਹੈ ਸਾਡੇ ਸਭ ਲਈ। ਗੁਰਪ੍ਰੀਤ ਸਿੰਘ, ਜੇਕਰ ਹੁਣ ਦਰਸ਼ਨ ਕਰਨਾ ਚਾਹੁੰਦਾ ਕੋਈ ਸ਼ਖਸ ਤੁਹਾਡੇ ਮਾਡਲਾਂ ਦੇ, ਤਾਂ ਕਿੱਥੇ ਸੰਪਰਕ ਕਰ ਸਕਦਾ ਹੈ? ਜੇਕਰ ਕਿਸੇ ਨੇ ਬਣਾਉਣਾ ਮਾਡਲ, ਕੋਈ ਉਹਦੇ ਚਾਰਜਿਸ ਨੇ ਜਾਂ ਕੋਈ ਆਪਣੀ ਭੇਟ ਹੈਗੀ ਹੈ ਕੋਈ, ਜਿਹੜਾ ਜੇਕਰ ਕੋਈ ਚਾਹਵਾਨ ਹੈ? ਹਾਂਜੀ ਬਿਲਕੁਲ, ਦੇਖੋ ਮੈਂ ਤੁਹਾਨੂੰ ਇਹ ਕਲੀਅਰ ਕਰ ਦਵਾਂ, ਜਿਸ ਤਰ੍ਹਾਂ ਸਾਰੇ ਲੋਕ ਆਪਣੀ ਆਪਣੀ ਕਿਰਤ ਕਰਦੇ ਆ, ਕੋਈ ਵੀ ਧਾਰਮਿਕ ਪੱਖ ਤੋਂ ਜਾਂ ਕਿਸੇ ਵੀ ਪੱਖ ਤੋਂ, ਅਸੀਂ ਵੀ ਕਿਰਤ ਕਰਦੇ ਹਾਂ, ਪਰ ਸ਼ੁਕਰਾਨਾ ਗੁਰੂ ਰਾਮਦਾਸ ਪਾਤਸ਼ਾਹ ਦੇ ਕਿ ਸਾਨੂੰ ਕਿਰਤ ਇਹੋ ਜਿਹੀ ਬਖਸ਼ੀ ਜਿਸ ਨਾਲ ਸਾਡੇ ਸਿੱਖੀ ਦਾ, ਸਿੱਖੀ ਧਰਮ ਦਾ, ਸਿੱਖ ਚਿਹਰੇ ਦਾ ਪ੍ਰਚਾਰ ਪ੍ਰਸਾਰ ਹੁੰਦਾ। ਅਸੀਂ ਇਸ ਚੀਜ਼ 'ਚ ਮਾਣ ਮਹਿਸੂਸ ਕਰਦੇ ਹਾਂ, ਤੇ ਜੇ ਕਿਤੇ ਵੀ ਪੂਰੇ ਵਰਲਡ ਦੇ ਵਿੱਚ ਕਿਸੇ ਗੁਰਦੁਆਰਾ ਸਾਹਿਬ ਲਈ ਕੋਈ ਅੰਦਰ ਦੀ ਡਿਜ਼ਾਇਨਿੰਗ ਲਈ, ਕੋਈ ਆਰਟਵਰਕ ਜਾਂ ਮਾਡਲ, ਕੋਈ ਨਗਰ ਕੀਰਤਨ ਲਈ, ਪਾਲਕੀ ਸਾਹਿਬ ਦੇ ਅੰਦਰ ਆਊਟ ਜਿਹੜੀ ਸਾਈਡ ਦੀ ਡਿਜ਼ਾਇਨਿੰਗ ਲਈ, ਜਾਂ ਕਿਤੇ ਕੋਈ ਮਿਊਜ਼ੀਅਮ ਦੇ ਵਿੱਚ ਰੱਖਣ ਲਈ ਕਿਸੇ ਤਰ੍ਹਾਂ ਦਾ ਵੀ ਆਰਟਵਰਕ ਚਾਹੀਦਾ, ਉਹਦੀ ਭੇਟਾ ਹੁੰਦੀ ਹੈ, ਉਹ ਜਿਹੜੇ ਵੀ ਮੁਲਕ ਚੋਂ ਜਿੱਥੇ ਵੀ ਸੰਗਤਾਂ ਅਪਰੋਚ ਕਰਦੀਆਂ ਨੇ, ਜ਼ਰੂਰ ਬਣਾ ਕੇ ਦੇਈਦਾ, ਜੋ ਵੀ ਉਹਦੀ ਜਾਇਜ਼ ਜੋ ਭੇਟਾ ਹੁੰਦੀ ਹੈ ਉਹ ਦੱਸ ਦਿੰਦੀ ਹੈ। ਪਰ ਮੈਨੂੰ ਖੁਸ਼ੀ ਇਹ ਹੈ ਵੀ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਐਸੀ ਕਿਰਤ ਨਾਲ ਜੋੜਿਆ ਜੋ ਕਿ ਸਾਨੂੰ ਆਪਣੇ ਧਰਮ ਨੂੰ, ਆਪਣੇ ਪ੍ਰਚਾਰ ਨੂੰ ਉੱਤੇ ਲੈ ਕੇ ਜਾਣ ਲਈ ਪ੍ਰੇਰਦੀ ਹੈ। ਮੈਂ ਸ਼ੁਕਰਾਨਾ ਕਰਦਾ ਗੁਰੂ ਸਾਹਿਬ। ਹੁਣ ਗੁਰਪ੍ਰੀਤ ਸਿੰਘ ਜੀ ਵਿਦੇਸ਼ਾਂ ਦੇ ਵਿੱਚ ਜਾ ਕੇ ਸਿਖਾਉਣਗੇ ਜਾਂ ਆਪਣੀ ਧਰਤੀ ਤੇ ਜਾ ਕੇ ਜਿਹੜਾ ਬੱਚਿਆਂ ਨੂੰ ਜਿਹੜਾ ਇਸ ਨਾਲ ਜੋੜਨਗੇ, ਕੀ ਹੁਣ ਤੁਸੀਂ ਪਲਾਨ ਬਣਾਇਆ ਆਪਣਾ? ਦੇਖੋ ਜੀ, ਮੈਂ ਤਾਂ ਆਪਣੀ ਧਰਤੀ ਦੇ ਨਾਲ ਸ਼ੁਰੂ ਤੋਂ ਪਿਆਰ ਕਰਦਾ ਤੇ ਪਿਆਰ ਕਰਦੇ ਰਵਾਂਗੇ, ਪਰ ਜੇ 19 ਸਾਲ ਗੁਰੂ ਰਾਮਦਾਸ ਪਾਤਸ਼ਾਹ ਨਗਰੀ 2003 ਤੋਂ ਲੈ ਕੇ 2022 ਤਾਈਂ ਜਿਹੜਾ ਬੰਦਾ ਸਮਰਪਿਤ ਰਿਹਾ ਆਪਣੇ ਸ਼ਹਿਰ ਦੇ ਵਿੱਚ, ਮੈਨੂੰ ਤਾਂ ਕਿਸੇ ਸੰਸਥਾ ਵੱਲੋਂ ਅੱਜ ਤਾਈਂ ਕੋਈ ਆਫਰ ਨਹੀਂ ਆਇਆ ਵੀ ਅਸੀਂ ਚਾਹੁੰਦੇ ਹਾਂ ਵੀ ਇੱਕ ਹਾਲ ਤੁਹਾਨੂੰ ਦਿੱਤਾ ਜਾਵੇ, ਇੱਥੇ ਬੱਚਿਆਂ ਨੂੰ ਸਿਖਲਾਈ ਦਿਓ। ਅਗਰ ਕੋਈ ਆਫਰ ਹੀ ਨਹੀਂ ਗਾ, ਕੋਈ ਸੰਸਥਾ ਕੋਈ ਇਸ ਤਰ੍ਹਾਂ ਦੀ ਅੱਗੇ ਨਹੀਂ ਵੱਧ ਰਹੀ, ਤੇ ਗੁਰਪ੍ਰੀਤ ਸਿੰਘ ਇਕੱਲਾ ਕੀ ਕਰੇ? ਗੁਰਪ੍ਰੀਤ ਸਿੰਘ ਤੇ ਗੁਰੂ ਰਾਮਦਾਸ ਪਾਤਸ਼ਾਹ ਦੀ ਨਜ਼ਰ ਹੈ, ਤੇ ਇਹ ਦੇਖੋ ਤੁਸੀਂ ਕਿ ਆਪਣੇ ਖੁਦ ਦੀ ਗੈਲਰੀ ਬਣਾ ਕੇ ਉਹਦੇ ਵਿੱਚ ਸਾਰੇ ਧਾਰਮਿਕ ਸਥਾਨਾਂ, ਤਕਰੀਬਨ 30-40 ਮਾਡਲ ਮੇਰੇ ਕੋਲ ਘਰੇ ਪਏ ਨੇ, ਅਜੂਬਿਆਂ ਦੇ ਵੀ ਪਏ ਨੇ। ਆਪਣੀ ਜਿੰਨੀ ਕੁ ਮੇਰੀ ਹੈਸੀਅਤ ਹੈਗੀ ਹੈ, ਨਿਮਾਣਾ ਜਿਹਾ ਸਿੱਖ ਹੈ ਮੈਂ ਗੁਰੂ ਦਾ, ਜਿੰਨੀ ਕੁ ਹੈਸੀਅਤ ਹੈ ਮੈਂ ਬਣਾ ਰੱਖੇ ਹੈ, ਪਰ ਇਹਨੂੰ ਵੱਡੀਆਂ ਸੰਸਥਾਵਾਂ ਵੱਡੇ ਅਦਾਰੇ ਸਾਂਭਣਗੇ ਨਾ, ਜਿਹੜੇ ਕਹਿੰਦੇ ਸਾਡਾ 200 ਕਰੋੜ ਦਾ, ਸਾਡਾ 150 ਕਰੋੜ ਦਾ, ਸਾਡਾ 500 ਕਰੋੜ ਦਾ ਬਚਤ ਹੈ ਸਲਾਨਾ ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ ਲਈ, ਉਹ ਸਾਂਭਣਗੇ ਨਾ। ਇੱਕ ਕਿਰਤੀ ਸਿੱਖ ਮੇਰੇ ਵਰਗਾ ਨਿਮਾਣਾ, ਮੈਂ ਆਪ ਕੀ ਯਤਨ ਕਰ ਸਕਦਾ? ਪਰ ਮੈਂ ਉਡੀਕ ਕਰਦਾ, ਦੇਖਦੇ ਹਾਂ ਕਦੇ ਜ਼ਿੰਦਗੀ 'ਚ ਕਦੇ ਇਹੋ ਜਿਹਾ ਸਬੱਬ ਬਣੇਗਾ। ਧੰਨਵਾਦ, ਤੁਸੀਂ ਸਾਨੂੰ ਸਮਾਂ ਦਿੱਤਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰਾਨਾ ਤੁਹਾਡਾ।
ਸੋ ਬਿਲਕੁਲ ਇਹ ਸਨ ਗੁਰਪ੍ਰੀਤ ਸਿੰਘ ਜੀ ਜਿਨ੍ਹਾਂ ਨੇ ਪੰਜਾਬ 'ਚ ਨਹੀਂ ਬਲਕਿ ਦੇਸ਼ਾਂ ਵਿਦੇਸ਼ਾਂ ਦੇ ਵੀ ਜਿਹੜਾ ਹੈ ਉਹ ਸਿੱਖੀ ਦਾ ਪ੍ਰਚਾਰ ਕਰਕੇ ਨਾਮ ਕਮਾਇਆ। ਸੋ ਅਸੀਂ ਵੀ ਉਮੀਦ ਕਰਦੇ ਹਾਂ ਕਿ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਜਿਹੜੀਆਂ ਸੰਸਥਾਵਾਂ ਨੇ ਖਾਸ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਕਿ ਸਿੱਖਾਂ ਦੀ ਸਰਮੋਰ ਸੰਸਥਾ ਹੈ ਉਹ ਇਸ ਵੀਰ ਦਾ ਹੱਥ ਫੜੇਗੀ ਜਾਣੀ ਕਿ ਇਸ ਕਲਾ ਨੂੰ ਅੱਗੇ ਲੈ ਕੇ ਜਾਵੇਗੀ ਤਾਂ ਜੋ ਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਕਰ ਰਹੇ ਨੇ ਉਹ ਅੱਗੇ ਲਿਆਕਾ ਜਾਂਦਾ ਜਾਵੇ ਤਾਂ ਜੋ ਬੱਚੇ ਜਿਹੜੇ ਨੇ ਇਹਨਾਂ ਤੋਂ ਕੁਛ ਸਿੱਖ ਸਕਣ ਤੇ ਆਪਣੇ ਜਿਹੜਾ ਕੰਮ ਵੀ ਕਰ ਸਕਣ, ਰੁਜ਼ਗਾਰ ਵੀ ਕਮਾ ਸਕਣ ਤੇ ਨਾਲ ਹੀ ਆਪਣਾ ਸਿੱਖੀ ਦਾ ਪ੍ਰਚਾਰ ਵੀ ਇਸ ਜ਼ਰੀਏ ਕਰ ਸਕਣ। ਅਗਲੇ ਐਪੀਸੋਡ ਦੇ ਵਿੱਚ ਕਿਸੇ ਹੋਰ ਸ਼ਖਸੀਅਤ ਦੇ ਨਾਲ ਗੱਲਬਾਤ ਕਰਾਂਗੇ। ਮੈਨੂੰ ਦਿਓ ਇਜਾਜ਼ਤ, ਧੰਨਵਾਦ। ਸਬਸਕ੍ਰਾਈਬ ਕਰੋ ਚੜ੍ਹਦੀ ਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਣ ਦੇ ਲਈ ਪ੍ਰੈਸ ਕਰੋ ਬੈਲ ਆਈਕਨ ਨੂੰ। ਗੁਰਬਾਣੀ ਨਿਊਜ਼, ਮਿਊਜ਼ਿਕ, ਐਂਟਰਟੇਨਮੈਂਟ ਸ਼ੋ ਜਾਂ ਕਿਸੇ ਤਰ੍ਹਾਂ ਦਾ ਕੋਈ ਵੀ ਕੰਟੈਂਟ ਵੇਖਣ ਦੇ ਲਈ ਪਲੇ ਸਟੋਰ ਤੋਂ ਹੁਣੇ ਡਾਊਨਲੋਡ ਕਰੋ ਚੜ੍ਹਦੀ ਕਲਾ ਮੀਡੀਆ ਨੈਟਵਰਕ ਐਪ।